ਮੇਰੇ ਪਿਆਰੇ ਦੇਸ਼ ਵਾਸੀਓ ਨਮਸਕਾਰ ਅੱਜ ਤੁਹੰਦੇ ਕਰਨੇ ਮਨ ਕੀ ਬਾਤ ਇੱਕ ਐਸੇ ਸਮੇਂ ਕਰਾ ਕਰਨਾ ਜਿਸਲੇ ਕਰੋਨਾ ਸਾਡੇ ਸਭਨੇ ਦੇ ਸਬਰ ਸਾਡੇ ਸਭਨੇ ਦੇ ਦੁੱਖ ਬਰਦਾਸ਼ਤ ਕਰਨੇ ਦੀ ਅੱਦ ਦਾ ਮਤਿਆਂ ਲੈ ਕਰਦਾ ਹੈ ਕਈ ਸਾਰੇ ਆਪਣੇ ਅਸੀਂ ਕੀ ਬੇਟਾਈ ਮੇ ਛੋੜੀਏ ਚਲੀ ਗਏ ਕਰੋਨਾ ਦੀ ਪਹਿਲੀ ਲਹਿਰ ਦਾ ਕਾਮਯਾਬੀ ਕਰਨੇ ਮੁਕਾਬਲਾ ਕਰਨੇ ਪਰੰਤ ਮੁਲਕ ਉਸਲੇ ਕਰਨੇ ਪਰੋਚੇ ਰਹਾ ਆਤਮ ਵਿਸ਼ਵਾਸ ਕਰਨੇ ਪਰੋਚੇ ਰਹਾ ਪਰ ਇਸ ਤੂਫਾਨ ਨੇ ਦੇਸੇ ਗਿੱਲਾ ਏ ਰਖੇ ਦਿੱਤਾ ਸਾਥਿਓ ਪਿਛਲੇ ਦਿਨੇ ਇਸ ਸੰਕਟ ਕਰਨੇ ਨਿਭੜਨੇ ਲਈ ਮੇਰੀ ਬਖ ਬਖ ਸੈਕਟਰ ਦੇ ਮਾਹਿਰੇ ਦੇ ਕੰਨ ਹੈ ਵਿਸ਼ੇਸ਼ਗੀਆਂ ਦੇ ਕੰਨ ਹੈ ਲੰਮੀ ਚਰਚਾ ਹੋਈ ਹੈ ਸਾਡੀ ਫਾਰਮਾ ਇੰਡਸਟਰੀ ਦੇ ਲੋਕ ਹੋਣ ਦਵਾਈ ਤਿਆਰ ਕਰਨ ਵਾਲੇ ਲੋਕ ਹੋਣ ਆਕਸੀਜਨ ਦੇ ਉਤਪਾਦਨ ਕਰਨੇ ਜੋੜੇ ਦੇ ਲੋਕ ਹੋਣ ਜਾਂ ਫਿਰ ਮੈਡੀਕਲ ਖੇਤਰ ਦੇ ਜਾਣਕਾਰ ਉਹਨੇ ਆਪਣੇ ਮਹੱਤਵਪੂਰਨ ਸੁਝਾਅ ਸਰਕਾਰ ਕੀ ਦਿੱਤੇ ਨੇ ਇਸ ਬਿਲ ਹੈ ਅਸੀਂ ਇਸ ਲੜਾਈ ਕੀ ਜਿੱਤਨੇ ਲਈ ਮਾਹਿਰੇ ਤੇ ਵਿਗਿਆਨਿਕ ਸਲਾਹ ਕੀ ਪ੍ਰਾਥਮਿਕਤਾ ਦੇਣੀ ਹੈ ਰਾਜ ਸਰਕਾਰ ਦੇ ਜਤਨੇ ਕੀ ਅਗਿਆਬਧਾਨੇ ਚ ਪਰ ਸਰਕਾਰ ਪੂਰੀ ਤਾਕਤ ਕਨੇ ਜੁਟੀ ਦੀ ਹੈ। ਰਾਜ ਸਰਕਾਰਾਂ ਵੀ ਆਪਣੀ ਜ਼ਿੰਮੇਵਾਰੀ ਨਿਭਾਣੇ ਦੀ ਪੂਰੀ ਕੋਸ਼ਿਸ਼ ਕਰਾ ਕਰਦੀਆਂ ਨੇ। ਸਾਥੀਓ, ਕੋਰੋਨਾ ਦੇ ਖਿਲਾਫ ਇਸ ਸਮੇਂ ਬੜੀ ਵੱਡੀ ਲੜਾਈ ਮੁਲਕ ਦੇ ਡਾਕਟਰ ਤੇ ਸਿਹਤ ਵਰਕਰ ਲੜਾ ਕਰਦੇ ਨੇ। ਪਿਛਲੀ ਇੱਕ ਬਰੇ ਚੁਣੇਗੀ ਇਸ ਬਿਮਾਰੀ ਕੀ ਲਈ ਹੈ ਔਰ ਚਾਲੀ ਦੇ ਤਜਰਬੇ ਹੋਏ ਨੇ। ਸੜਕ ਨੇ ਇਸ ਬਿਲ ਹੈ ਮੁੰਬਈ ਥਾਂ ਮਸ਼ਹੂਰ ਡਾਕਟਰ ਸ਼ਸ਼ਾੰਕ ਜੋਸ਼ੀ ਜੀ ਜੁੜਾ ਕਰਦੇ ਨੇ। ਡਾਕਟਰ ਸ਼ਸ਼ਾਂਗ ਜੀ ਹੋਰੇਗੀ ਕਰੋਨਾ ਦੇ ਇਲਾਜ ਤੇ ਇਹਦੇ ਕੰਨੇ ਜੁੜੇ ਦੇ ਸ਼ੋਧ ਦਾ ਬੜਾ ਜ਼ਮੀਨੀ ਤਜਰਬਾ ਹੈ। ਉਹ ਇੰਡੀਅਨ ਕਾਲਜ ਆਫ ਫਿਜ਼ੀਸ਼ੀਅਨਸ ਦੇ ਡੀਨ ਵੀ ਰੇ ਚੁਕੇ ਦਨ। ਆਓ ਗੱਲ ਕਰਨੇ ਆ ਡਾਕਟਰ ਸ਼ਸ਼ਾਂਗ ਨੂੰ ਦੇ ਕਨੇ। ਨਮਸਕਾਰ ਡਾਕਟਰ ਸ਼ਸ਼ਾਂਗ ਜੀ। ਨਮਸਕਾਰ ਸਰ। ਅਜੇ ਕਿਛ ਦਿਨ ਪਹਿਲਾਂ ਕੇ ਤੁੰਦੇ ਕਨੇ ਗੱਲ ਕਰਨੇ ਦਾ ਮੌਕਾ ਮਿਲਿਆ ਹਾ। ਤੁੰਦੇ ਵਿਚਾਰਿਆਂ ਦੀ ਸਪਸ਼ਟਤਾ ਮੇਗੀ ਬੜੀ ਖਰੀ ਲੱਗੀ ਹੀ। ਮੇ ਲੱਗਾ ਜੇ ਮੁਲਕ ਦੇ ਸਭਨੇ ਵਸਨੀ ਕੇਗੀ ਤੁੰਦੇ ਵਿਚਾਰ ਜਾਣਨੇ ਚਾਹੀਦੇ। ਜਿਹੜੀਆਂ ਗੱਲਾਂ ਸੁਣਨੇ ਚ ਆਉਂਦੀਆਂ ਨੇ ਉਹਨੇ ਕੀ ਮੈਂ ਇੱਕ ਸਵਾਲ ਦੇ ਰੂਪੇ ਚ ਲਈ ਹੈ ਤੁਹਾਡੇ ਸਾਹਮਣੇ ਪੇਸ਼ ਆ ਡਾਕਟਰ ਸ਼ਿਸ਼ਾਗ ਤੁਸੀਂ ਲੋਕ ਇਸ ਸਮੇਂ ਦਿਨ ਰਾਤ ਜੀਵਨ ਰੱਖਸ਼ਾ ਦੇ ਕੰਮ ਚ ਲੱਗੇ ਦਿਓ ਸਭਨជា ਪਹਿਲਾਂ ਤੇ ਮੈਂ ਚਾਹੰਗ ਜੇ ਤੁਸੀਂ ਦੁਈ ਲਹਿਰ ਦੇ ਬਾਰੇ ਚ ਲੋਕਾਂ ਨੂੰ ਕੀ ਦੱਸੋ ਮੈਡੀਕਲ ਤੌਰ ਉਪਰ ਇਹ ਕਿਹਨਾਂ ਬੱਖ ਹੈ ਤੇ ਕਿਹ ਕਿਹੇ ਸਾਵਧਾਨੀ ਜ਼ਰੂਰੀ ਹੈ ਧੰਨਵਾਦ ਸਰ ਇਹ ਜਿਹੜੀ ਦੁਈ ਲਹਿਰ ਆਈ ਹੈ ਇਹ ਤੇਜ਼ੀ ਕਰਨੇ ਆਈ ਹੈ ਤੇ ਜਿੰਨੀ ਪਹਿਲੀ ਲਹਿਰ ਹੀ ਉਹਦੇ ਸ਼ਾ ਇਹ ਵਾਇਰਸ ਮਤੀ ਤੇਜ਼ੀ ਕਰਨੇ ਚਲਾ ਕਰਦਾ ਹੈ ਪਰ ਖਰੀ ਗੱਲ ਇਹ ਹੈ ਜੇ ਉਦੇਸ਼ਾ ਮਤੀ ਰਫਤਾਰ ਕੰਨੇ ਲੋਕ ਠੀਕ ਵੀ ਹੋ ਕਰਦੇ ਨੇ ਤੇ ਮੌਤ ਦੀ ਦਰ ਬੜੀ ਘੱਟ ਹੈ ਇਹਦੇ ਚ ਦੋ ਤਰ੍ਹਾਂ ਫਰਕ ਨੇ ਪਹਿਲਾ ਤੇ ਇਹ ਯੁਵਾਹਾਂ ਚ ਤੇ ਬੱਚਿਆਂ ਚ ਵੀ ਬਿੰਦ ਨਜ਼ਰੀਆਵਾ ਕਰਦਾ ਹੈ ਉਹਦੇ ਜਿਹੜੇ ਲੱਛਣ ਨੇ ਪਹਿਲੇ ਜਿਹਾਂ ਲੱਛਣ ਹੈ ਸਾਹ ਚੜਨਾ ਸੁੱਕੀ ਖੰਗ ਆਣਾ ਬੁਖਾਰ ਆਉਣਾ ਇਹ ਤੇ ਸਭ ਆ ਹੈਗਾ ਤੇ ਉਹਦੇ ਕੰਨੇ ਥੋੜਾ ਸੁੰਘਣੇ ਦੀ ਤਾਕਤ ਘਟੀ ਜਾਣਾ ਸਵਾਦ ਚਲੀ ਜਾਣਾ ਇਹ ਵੀ ਹੈ ਤੇ ਲੋਕ ਬਿੰਦ ਡਰੇ ਦੇ ਨਾ ਡਰਨੇ ਦੀ ਬਿਲਕੁਲ ਲੋੜ ਨਹੀਂ ਹੈ ਅਸੀਂ 90% ਲੋਕਾਂ 'ਚ ਇੰਦੇ 'ਚ ਕੋਈ ਵੀ ਲੱਛਣ ਨਜ਼ਰੀ ਨਹੀਂ ਆਉਂਦੇ ਨਾ ਇਹ ਮਿਊਟੇਸ਼ਨ ਮਿਊਟੇਸ਼ਨ ਜਿਹੜੇ ਬੋਲਦੇ ਨੇ ਕਾਬਰਨੇ ਦੀ ਗੱਲ ਨਹੀਂ ਹੈ ਇਹ ਮਿਊਟੇਸ਼ਨ ਹੁੰਦੇ ਰਹਿੰਦੇ ਨੇ ਜਿੰਆਂ ਸੇ ਟੱਲੇ ਬਦਲਨੇ ਆ ਉਹਾਂ ਵਾਇਰਸ ਵੀ ਆਪਣਾ ਰੰਗ ਬਦਲਾ ਕਰਦਾ ਹੈ ਤੇ ਇਸ ਕਰਕੇ ਬਿਲਕੁਲ ਡਰਨੇ ਦੀ ਗੱਲ ਨਹੀਂ ਹੈ ਤੇ ਇਸ ਲਹਿਰ ਗਿਆਸ ਪਾਰ ਕਰੀ ਤੇ ਅਗੇ ਲਹਿਰ ਆਉਂਦੀ ਜਾਂਦੀ ਹੈ ਤੇ ਇਹ ਵਾਇਰਸ ਆਉਂਦੇ ਜਾਂਦੇ ਰਹਿੰਦਾ ਤੇ ਇਹ ਕੇ ਬੱਕ ਬੱਕ ਲੱਛਣ ਤੇ ਮੈਡੀਕਲ ਤੌਰ ਉੱਪਰ ਅਸੀਂ ਕੀ ਸੋਗੇ ਰੋਣਾ ਲੋਟ ਚਦਾ ਇੱਕ 14 ਥਮਾ 21 ਦਿਨ ਦਾ ਇਹ ਕੋਵਿਡ ਦਾ ਟਾਈਮ ਟੇਬਲ ਹੈ ਇਹਦੇ ਚ ਡਾਕਟਰ ਦੀ ਸਲਾਹ ਲੈਣੀ ਲੋੜ ਚਦੀ ਹੈ ਡਾਕਟਰ ਸ਼ਿਸ਼ਾਕ ਮੇਰੇ ਲਈ ਵੀ ਤੁਸੀਂ ਜਿਹੜਾ ਵਿਸ਼ਲੇਸ਼ਣ ਦੱਸਿਆ ਬੜਾ ਦਿਲਚਸਪ ਹੈ ਮੇਗੀ ਕਈ ਚਿੱਠੀਆਂ ਮਿਲੀਆਂ ਨੇ ਜਿੰਦੇ ਚ ਇਲਾਜ ਦੇ ਬਾਰੇ ਚ ਵੀ ਲੋਕੀਂ ਦੀਆਂ ਕਈ ਸਾਰੀਆਂ ਸ਼ੰਕਾਂ ਨੇ ਕਿਸ਼ੇ ਦਵਾਈਆਂ ਦੀ ਮੰਗ ਬੜੀ ਜ਼ਿਆਦਾ ਹੈ ਇਸ ਕਰੀਏ ਮੈਂ ਚਾਹਨਾ ਜੇ ਕੋਵਿਡ ਦੇ ਇਲਾਜ ਦੇ ਬਾਰੇ ਚ ਵੀ ਤੁਸੀਂ ਲੋਕਾਂ ਕੀ ਪੱਕਾ ਕਹ ਦੱਸੋ ਆਹ ਸਰ ਕਲੀਨिकल ਇਲਾਜ ਲੋਕ ਬੜਾ ਚਿਰੇ ਚਾਲੂ ਕਰਦੇ ਨੇ ਤੇ ਆਪਣੀਆਂ ਬਿਮਾਰੀ ਦਬੀ ਜਾਗ ਇਸ ਪ੍ਰੋਸੇਪਰਾਂ ਦਿਨ ਤੇ ਮੋਬਾਈਲ ਪਰ ਆਉਣਿਆ ਲੀ ਗੱਲਿਓਂ ਪਰ ਭਰੋਸਾ ਰੱਖ ਦੇਨਾ ਤੇ ਜੇਕਰ ਸਰਕਾਰ ਰਾਸੀਆ ਦਿੱਤੀ ਗਈ ਦੀ ਸੂਚਨਾ ਦਾ ਪਾਲਨ ਕਰਚਾ ਤਾਂ ਇਸ ਮੁਸ਼ਕਲ ਦਾ ਸਾਹਮਣਾ ਨਹੀਂ ਆਉਂਦਾ ਤਾਂ ਕੋਵਿਡ ਚ ਕਲੀਨਿਕ ਇਲਾਜ ਪ੍ਰੋਟੋਕਾਲ ਹੈ ਉਹਦੇ ਚ ਤਰੇ ਕਿਸਮ ਦੀ ਤੇਜ਼ੀ ਹੈ ਆਵਲਾ ਜਾਂ ਮਾਈਲਡ ਕੋਵਿਡ ਦਰਮਿਆਨ ਦੇ ਦਰਜੇ ਦਾ ਜਾਂ ਮੋਡਰੇਟ ਕੋਵਿਡ ਤੇ ਬੜਾ ਤੇਜ਼ ਕੋਵਿਡ ਜਿਹੜਾ ਬੜਾ ਗੰਭੀਰ ਕੋਵਿਡ ਬੋਲਦੇ ਨੇ ਇਹਦੇ ਲਈ ਹੈ ਤੇ ਜਿਹੜਾ ਆਵਲਾ ਕੋਵਿਡ ਹੈ ਉਦੇ ਲਈ ਤੇ ਇਸ ਆਕਸੀਜਨ ਦੀ ਨਿਗਰਾਨੀ ਕਰਨੀਆਂ ਨਬਜ਼ ਦੀ ਨਿਗਰਾਨੀ ਕਰਨੀਆਂ ਬੁਖਾਰ ਦੀ ਨਿਗਰਾਨੀ ਕਰਨੀਆਂ ਬੁਖਾਰ ਵਧ ਜੰਦਾ ਤਾਂ ਕਦੇ-ਕਦੇ ਪੈਰਾਸੀਟਾਮੋਲ ਜਨਈ ਦਵਾਈ ਦਾ ਇਸਤੇਮਾਲ ਕਰਨੀਆਂ ਤੇ ਆਪਣੇ ਡਾਕਟਰ ਕਨੇ ਰਾਬਤਾ ਕਰਨਾ ਚਾਹੀਦਾ ਜਿਹੜਾ ਮੋਡਰੇਟ ਕੋਵਿਡ ਹੁੰਦਾ ਦਰਮਿਆਨੇ ਦਰਜੇ ਦਾ ਕੋਵਿਡ ਹੁੰਦਾ ਜਾਂ ਬੜਾ ਤੇਜ਼ ਕੋਵਿਡ ਹੁੰਦਾ ਤਾਂ ਆਪਣੇ ਆਪਣੇ ਡਾਕਟਰ ਦੇ ਕਨੇ ਰਾਬਤਾ ਕਰਨਾ ਬੜਾ ਜ਼ਰੂਰੀ ਹੈ ਸਹੀ ਤੇ ਸਸਤੀ ਦਵਾਈਆਂ ਉਪਲਬਧਨ ਇਨਫਲ ਸਟੀਰੋਇਡ ਜਿਹੜਾ ਹੈ ਇਹ ਜਾਨ ਬਚਾਈ ਸਕਦਾ ਜਿਹੜੇ ਇਨਹੇਲਰਸ ਦੇ ਸਕਨੇ ਟਿੱਕੀ ਅਸ ਔਰ ਦੇ ਸਕਨੇ ਅਸ ਤੇ ਉਹਦੇ ਕੰਨਿਆ ਗਿਆ ਪ੍ਰਾਣਵਾਯੂ ਜਿਹੜੀ ਆਕਸੀਜਨ ਹੈ ਉਹ ਦੇਣੀ ਪਉਂਦੀ ਹੈ ਤੇ ਇਹਦੇ ਲਈ ਲੋਕੇ ਲੋਕੇ ਇਲਾਜ ਨੇ ਪਰ ਅਕਸਰ ਕੇਵਾ ਕਰਦਾ ਜੇ ਇੱਕ ਨਵੀਂ ਆਜ਼ਮਾਈਸ਼ੀ ਦਵਾਈ ਹੈ ਜਿਹਦਾ ਨਾਮ ਹੈ ਰੈਮਡੀਜ਼ੀਵੀਰ ਇਸ ਦਵਾਈ ਕਰਨੇ ਇੱਕ ਚੀਜ਼ ਜ਼ਰੂਰ ਹੁੰਦੀ ਹੈ ਜੇ ਹਸਪਤਾਲ ਚ 2-3 ਦਿਨ ਘਟ ਰਾਉਣਾ ਪਉਂਦਾ ਤੇ ਹਸਪਤਾਲ ਚ ਇਲਾਜ ਦੇ ਦੌਰਾਨ ਠੀਕ ਹੋਣੇ ਚ ਬਿੰਦਾਰੀ ਉਹਦੀ ਮਦਦ ਹੁੰਦੀ ਹੈ ਇਹ ਵੀ ਦਵਾਈ ਕਿਸਲੇ ਕੰਮ ਕਰਦੀ ਹੈ ਜਿਸ ਲਈ ਪਹਿਲੇ 9-10 ਦਿਨੇ ਚ ਦਿੱਤੀ ਜਾਂਦੀ ਹੈ ਤੇ ਇਹ 5 ਗਾ ਦਿਨ ਦੇ ਨਹੀਂ ਪਉਂਦੀ ਹੈ ਤਾਂ ਇਹ ਲੋਕ ਜਿਹੜੇ ਦਰਾੜਾ ਕਰਦੇ ਨੇ ਰੈਮਡੀਜੀ ਵੀਰ ਦੇ ਪਿੱਛੇ ਇਹ ਬਿਲਕੁਲ ਦਰੌੜਨਾ ਨਹੀਂ ਚਾਹੀਦਾ ਇਸ ਦਵਾਈ ਦਾ ਥੋੜਾ ਕੰਮ ਹੈ ਜਿਨੇ ਕਿ ਆਕਸੀਜਨ ਲੱਗਦੀ ਹੈ ਪ੍ਰਾਣ ਵాయు ਆਕਸੀਜਨ ਲੱਗਦੀ ਹੈ ਜਿਹੜੇ ਹਸਪਤਾਲ ਚ ਪਰਥੀ ਹੁੰਦੇ ਨੇ ਨਾ ਤੇ ਡਾਕਟਰ ਜਿਸਲੇ ਦੱਸਦੇ ਨੇ ਤਦੋਂ ਲੈਣੀ ਚਾਹੀਦੀ ਤਾਂ ਇਹ ਬੜਾ ਜ਼ਰੂਰੀ ਹੈ ਸਭ ਨੇ ਲੋਕਾਂ ਨੂੰ ਸਮਝਣਾ ਅਸ ਪ੍ਰਾਣਾਯਾਮ ਕਰਗੇ ਸਾਡੇ ਸਰੀਰ ਦੇ ਜਿਹੜੇ ਫੇਫੜੇ ਨੇ ਉਸ ਦੀ ਬਿੰਦ ਫੁਲਾਗੇ ਤੇ ਜਿਹੜਾ ਸਾਡਾ ਖੂਨ ਪਤਲਾ ਕਰਨੇ ਵਾਲਾ ਜਿਹੜਾ ਟੀਕਾ ਹੁੰਦਾ जिसकी आस हेपरिन बोलनेया ए निक्की निक्की दवाइयां देके ता 98% ਲੋਕ ਠੀਕ ਹੋ ਹੀ ਜਾਂਦੇ ਨਾ ਤਾਂ ਪੋਜ਼ਿਟਿਵ ਰਹਿਣਾ ਬੜਾ ਜ਼ਰੂਰੀ ਹੈ ਇਲਾਜ ਪ੍ਰੋਟੋਕਾਲ ਡਾਕਟਰ ਦੀ ਸਲਾਹ ਕੰਨੇ ਲੈਣਾ ਬੜਾ ਜ਼ਰੂਰੀ ਹੈ ਤੇ ਇਹ ਜਿਹੜੀ ਮਹਿੰਗੀ ਮਹਿੰਗੀ ਦਵਾਈ ਹੈ ਉਹਦੇ ਪਿੱਛੇ ਦਰੌੜਨੇ ਦੀ ਕੋਈ ਜ਼ਰੂਰਤ ਨਹੀਂ ਹੈ ਸਰ ਸਾਢੇ ਕੋਲ ਖਰਾ ਇਲਾਜ ਚਾਲੂ ਹੈ ਪ੍ਰਾਣਵਾਯੂ ਆਕਸੀਜਨ ਹੈ ਵੈਂਟੀਲੇਟਰ ਦੀ ਵੀ ਸੁਵਿਧਾ ਹੈ ਸਭ ਕੁਝ ਹੈ ਸਰ ਤੇ ਕਦੇ-ਕਦੇ ਇਹ ਦਵਾਈ ਜੇਕਰ ਮਿਲੀ ਜਾਂਦੀ ਹੈ ਤਾਂ ਯੋਗ ਲੋਕਾਂ 'ਗੀ ਹੀ ਦੇਣੀ ਚਾਹੀਦੀ ਤਾਂ ਇਹਦੇ ਲਈ ਬੜਾ ਪਰਮ ਫੈਲੇਦਾ ਤੇ ਇਸ ਕਰੀਏ ਇਹ ਸਪਸ਼ਟਿਕਰਨ ਦੇਣਾ ਚਾਹਨਾ ਸਰ ਜੇ 1.5 ਦੁਨੀਆ ਦਾ ਸਬਨੇਸ਼ਾ ਬਿਹਤਰ ਇਲਾਜ ਮੋਲਜਾ ਉਪਲਬਧ ਹੈ ਤੋ ਉਸ ਦਿਖ ਗਿਓ ਜੇ ਪਰਚ ਕਸਰੀਆਂ ਦੇ ਨਰੋਇਓ ਨੀ ਦੀਦਰ ਸਬਨੇਸ਼ਾ ਖਰੀ ਹੈ ਤੋ ਉਸ ਜੇਕਰ ਤੁਲਨਾ ਕਰਕੇ ਯੂਰਪ ਲਈ ਅਮਰੀਕਾ ਉਥੂਆਂ ਸਾਡੇ ਇੱਥੇ ਦੇ ਇਲਾਜ ਪ੍ਰੋਟੋਕਾਲ ਕੰਨੇ ਮਰੀਜ਼ ਠੀਕ ਹੋਆ ਕਰਦੇ ਨੇ ਸਰ ਡਾਕਟਰ ਸ਼ਿਸ਼ਾੰਕ ਤੁਹਾਡਾ ਮਾਤਾ ਮਤਾ ਧੰਨਵਾਦ ਡਾਕਟਰ ਸ਼ਿਸ਼ਾੰਕ ਉਹ ਜਿਹੜੀ ਜਾਣਕਾਰੀਆਂ ਅਸੀਂ ਕਿ ਦਿੱਤੀਆਂ ਉਹ ਬੜੀ ਜ਼ਰੂਰੀ ਨੇ ਤੇ ਸਾਡੇ ਸਭਨੇ ਤੇ ਕੰਮ ਆਉਗਾ ਸਾਥੀਓ ਮੈਂ ਤੁਹਾਨੂੰ ਸਭਨੇ ਦੀ ਗੁਜ਼ਾਰਿਸ਼ ਕਰਨਾ ਤੁਸੀਂ ਕਿ ਜੇਕਰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਕੋਈ ਹੋਰ ਸ਼ੰਕਾ ਹੋਵੇ ਤਾਂ ਸਹੀ ਸਰੋਤ ਤੋਂ ਮਾਗੇ ਜਾਣਕਾਰੀ ਲਾਓ ਤੁਸੀਂ ਜਿਹੜੇ ਪਰਵਾਰਿਕ ਡਾਕਟਰ ਹੋਣ ਆਲੇ ਦੁਆਲੇ ਦੇ ਜਿਹੜੇ ਡਾਕਟਰ ਹੋਣ ਤੁਸੀਂ ਉਹਦੇ ਕੋਲ ਫੋਨ ਪਰ ਰਾਬਤਾ ਕਰੀਏ ਸਲਾਹ ਲਾਓ ਮੈਂ ਦਿਖਾ ਕਰਨਾ ਜੇ ਸਾਡੇ ਬੜੇ سارے ਡਾਕਟਰ ਆਪੂ ਵੀ ਇਹ ਜ਼ਿੰਮੇਵਾਰੀ ਠੋਆ ਕਰਦੇ ਨੇ ਕਈ ਡਾਕਟਰ ਸੋਸ਼ਲ ਮੀਡੀਆ ਦੇ ਰਾਹੀਂ ਲੋਕੀਂ ਕੀ ਜਾਣਕਾਰੀ ਦਿਆ ਕਰਦੇ ਨੇ ਫੋਨ ਪਰ WhatsApp ਪਰ ਵੀ ਸਲਾਹ مشورہ ਕਰਾ ਕਰਦੇ ਨੇ ਕਈ ਹਸਪਤਾਲੇ ਦੀਆਂ ਵੈਬਸਾਈਟਾਂ ਜਿੱਥੇ ਜਾਣਕਾਰੀਆਂ ਵੀ ਉਪਲਬਧਨ ਤੇ ਉੱਥੇ ਤੁਸੀਂ ਡਾਕਟਰਾਂ ਤੋਂ ਸਲਾਹ ਵੀ ਲੈ ਸਕਦੇ ਹੋ ਇਹ ਬੜਾ ਸਰਾਨੇ ਜੋਗਾ ਹੈ ਮੇਰੇ ਕਨੇਲ ਸ਼ਿਰਨਗਰ ਥਵਾ ਡਾਕਟਰ ਨਾਵੀਦ ਨਜ਼ੀਰ ਸ਼ਾ ਜੁੜਾ ਕਰਦੇਨ ਡਾਕਟਰ ਨਾਵੀਦ ਸ਼ਿਰਨਗਰ ਦੇ ਇੱਕ ਸਰਕਾਰੀ ਮੈਡੀਕਲ ਕਾਲਜ ਦੇ ਪ੍ਰੋਫੈਸਰ ਨਾਵੀਦ ਜੀ ਆਪਣੀ ਦਿਖ ਰਿਕਸ਼ ਨੇਕਾ ਕੋਰੋਨਾ ਕਸ਼ਰੀ ਦੀ ਠੀਕ ਕਰੀ ਚੁਕੇ ਦੇਨ ਤੇ ਰਮਜ਼ਾਨ ਦੇ ਇਸ ਪਵਿੱਤਰ ਮਹੀਨੇ 'ਚ ਡਾਕਟਰ ਨਾਵੀਦ ਆਪਣਾ ਕੰਮ ਵੀ ਨਿਭਾ ਕਰਦੇਨ ਤੇ ਉਹਨੇ ਸਾਡੇ ਕਨੇ ਗੱਲਬਾਤ ਕੀਤੀ ਸਮਾਂ ਵੀ ਕੱਢਿਆ ਔਰ ਹੁnde कने ਗੱਲ ਕਰਨੇ ਆ ਨਵੀਦ ਜੀ ਨਮਸਕਾਰ ਨਮਸਕਾਰ ਸਰ ਡਾਕਟਰ ਨਵੀਦ ਮਨ ਕੀ ਬਾਤ ਦੇ ਸਾਡੇ শ্রোਤਾਇ ਇਸ ਮੁਸ਼ਕਿਲ ਘੜੀ ਚ ਪੈਨਿਕ ਮੈਨੇਜਮੈਂਟ ਦਾ ਸਵਾਲ ਖੁਆਇਆ ਹੈ ਤੁਸੀਂ ਆਪਣੇ ਤਜਰਬੇ ਕਨੇ ਉਹਨੇ ਕੀ ਜਵਾਬ ਦੇਗੇ ਦੇਖੋ ਜਿਸ ਲੈ ਕੋਰੋਨਾ ਸ਼ੁਰੂ ਆ ਤਾ ਕਸ਼ਮੀਰ ਚ ਜਿਹੜਾ ਸਭਨੇ ਸ਼ਾ ਪਹਿਲਾ ਹਸਪਤਾਲ ਨਾਮ ਜਦੂ ਆ ਕੋਵਿਡ ਹਸਪਤਾਲੇ ਦੇ ਤੌਰ ਪਰ ਉਹ ਸਾਡਾ ਸੀਟੀ ਹਸਪਤਾਲ ਹਾ ਜਿਹੜਾ ਮੈਡੀਕਲ ਕਾਲਜ ਦੇ ਇਟ ਹੁੰਦਾ ਹੈ ਤਾਂ ਉਸ ਵੇਲੇ ਇੱਕ ਖੌਫ ਦਾ ਮਾਹੌਲ ਹਾ ਲੋਕਾਂ ਚ ਤੇ ਅਗੇ ਹਾ ਉਹ ਸਮਝਦੇ ਹੈ ਸ਼ਾਇਦ ਕੋਵਿਡ ਦਾ ਸੰਕਰਮਣ ਜੇਕਰ ਕੁਸੇਗੀ ਹੋ ਜਾਂਦਾ ਤਾਂ ਮੌਤ ਦੀ ਸਜ਼ਾ ਮੰਨਿਆ ਜਾਗ ਤੇ ਐਸੇ ਜ ਸਾਡੇ ਹਸਪਤਾਲ ਚ ਡਾਕਟਰ ਸਾਹਿਬਾਨ ਜਾਂ ਨੀਮ ਮੈਡੀਕਲ ਅਮਲਾ ਕੰਮ ਕਰਦੇ ਹੈ ਉਹਦੇ ਅੰਦਰ ਵੀ ਇੱਕ ਖੌਫ ਦਾ ਮਾਹੌਲ ਹ ਜੇ ਅਸ ਇਨੇ ਮਰੀਜ਼ੇਂ ਕੀਆਂ ਸਾਹਬੇ ਅਸੇ ਕੀ ਸੰਕਰਮਣ ਹੋਣੇ ਦਾ ਖਤਰਾ ਤੇ ਨਹੀਂ ਹੈ ਪਰ ਜਿਹੜਾ ਸਮੇ ਗੁਜ਼ਰਿਆ ਅਸੀਂ ਵੀ ਦੇਖਿਆ ਜੇਕਰ ਪੂਰੇ ਤਰੀਕੇ ਕੰਨੇ ਅਸ ਜਿਹੜੇ ਪ੍ਰੋਟੈਕਟਿਵ ਗੀਅਰ ਪਾਚੇ ਇਤਿਹਾਦੀ ਤਦਵੀਰ ਜਿਹੜੀ ਹੈ ਉੰਦੇ ਉੱਪਰ ਅਮਲ ਕਰਚੇ ਤਾਂ ਅਸ ਵੀ ਸੁਰੱਖਿਤ ਰਹੀ ਸਕਨੇ ਤੇ ਸਾਡਾ ਜਿਹੜਾ ਬਾਕੀ ਹਮਲਾ ਉਹ ਵੀ ਸੁਰੱਖਿਤ ਰਹੀ ਸਕਦਾ ਤੇ ਅੱਗੇ-ਅੱਗੇ ਅਸ ਦਿਖ ਦੇਗੇ ਮਰੀਜ਼ ਜਾਂ ਕਿਛ ਲੋਕ ਬਿਮਾਰ ਹੈ ਜਿਹੜੇ ਇਹ ਸਿੰਪਟੋਮੈਟਿਕ ਹੈ ਜਿੰਦੇ ਚ ਬਿਮਾਰੀ ਦੇ ਕੋਈ ਲੱਛਣ ਨਹੀਂ ਹੈ ਅਸੀਂ ਦੇਖਿਆ ਕਰੀਬ ਕਰੀਬ 90 95 ਫੀਸਦੀ ਕੋਲਾ ਮਤੇ ਜਿਹੜੇ ਮਰੀਜ਼ਨ ਉਹ ਵਿਜਨ ਕੁਸੇ ਇਲਾਜ ਦੇ ਠੀਕ ਹੋ ਜਾਂਦੇ ਤਾਂ ਵਕਤ ਜਿਹਾ ਗੁਜ਼ਰਦਾ ਗਿਆ ਲੋਕਾਂ ਚ ਜਿਹੜਾ ਕੋਰੋਨਾ ਦਾ ਇੱਕ ਡਰ ਹ ਉਹ ਬੜਾ ਘਟ ਹੋਈ ਗਿਆ ਅੱਜ ਦੀ ਗੱਲ ਜਿਹੜੀ ਇਹ ধੂਈ ਲਹਿਰ ਜਿਹੜੀ ਇਸ ਸਮੇਂ ਸਾੜੀ ਆਈਏ ਇਸ ਕੋਰੋਨਾ ਇਸ ਸਮੇਂ ਵੀ ਅਸਾਂ ਹੀ ਕਾਬੰਨੇ ਦੀ ਲੋੜ ਨਹੀਂ ਹੈ ਇਸ ਮੌਕੇ ਉੱਪਰ ਵੀ ਜਿਹੜੇ ਬਚਾਅ ਲਈ ਲੈਣ ਜਿਹੜੇ ਐਸਓਪੀਜ਼ ਨੇ ਜੇਕਰ ਉਹਦੇ ਉੱਪਰ ਅਸਮਲ ਕਰਕੇ ਜੀਆਂ ਮਾਸਕ ਪਾਣਾ ਸੈਨੀਟਾਈਜ਼ਰ ਦਾ ਇਸਤੇਮਾਲ ਕਰਨਾ ਉਹਦੇ ਇਲਾਵਾ ਸਮਾਜੀ ਛਿੰਡਾ ਬਣਾਈ ਰੱਖਣਾ ਜਾਂ ਸਮਾਜੀ ਕਿਠਕੋਲਾ ਪਰੇਸ਼ ਘਰ ਚਾ ਤਾਂ ਅਸ ਆਪਣਾ ਰੋਜ਼ਮਰਰਾ ਦਾ ਕੰਮ ਵੀ ਬਖੂਬੀ ਨਿਭਾਈ ਸਕਨੇ ਤੇ ਇਸ ਬਿਮਾਰੀ ਥਮਾ ਸੁਰੱਖਿਆ ਵਿਆਸਲ ਕਰੀ ਸਕਨੇ ਡਾਕਟਰ ਨਵੀਦ ਵੈਕਸੀਨ ਕੇ ਲਈਏ ਵੀ ਲੋਕ ਨੇ ਕਈ ਸਾਰੇ ਸਵਾਲ ਨਾ ਜੀਆਂ ਜੇ ਵੈਕਸੀਨ ਕਰਨੇ ਕਿੰਨੀ ਸੁਰੱਖਿਆ ਮਿਲੋਗੇ वैक्सीन ਦੇ ਮਗਰਾਂ ਕਿੰਨਾ ਆਸ਼ਵਾਸਤ ਰਹਿ ਸਕਨੇ ਆ ਤੁਸੀਂ ਕਿਸ ਗੱਲ ਇਹਦੇ ਵਿੱਚ ਦੱਸੋ শ্রোਤਾਏ ਕੀ ਬੜਾ ਲਾਹੋਗ ਜਿਸਲੇ ਅਸ ਕੋਰੋਨਾ ਦਾ ਸੰਕਰਮਣ ਸਾਹਮਣੇ ਆਇਆ ਤਦੋਂ ਥਮਾ ਅਜੇ ਤੋੜੀ ਸਾਢੇ ਕੋਲ ਕੋਵਿਡ-19 ਲਈ ਕੋਈ ਅਸਰਦਾਰ ਇਲਾਜ ਉਪਲਬਧ ਨਹੀਂ ਹੈ ਤਾਂ ਅਸ ਇਸ ਬਿਮਾਰੀ ਖਿਲਾਫ ਲੜਾਈ ਦੋਗੇ ਚੀਜ਼ਾਂ ਕਰਨੇ ਕਰੀ ਸਕਨੇ ਆ ਇੱਕ ਤੇ ਮਤੀ ਸક્રિયਤਾ ਕਰਨੇ ਈਲੇ ਤੇ ਅਸੀਂ ਪਹਿਲੇ ਥਮਾਂਗੇ ਅਖਾ ਕਰਦੇ ਹੇ ਜੇਕਰ ਕੋਈ ਅਸਰਦਾਰ ਵੈਕਸੀਨ ਸਾਡੇ ਕੋਲ ਹੈ ਤਾਂ ਉਹ ਅਸੀਂ ਕੀ ਇਸ ਬਿਮਾਰੀ ਥਮਾਉਣੇ ਜਾਦ ਦਵਾਈ ਸਕਦੀ ਹੈ ਤੇ ਸਾਡੇ ਮੁਲਕ ਚ ਦੋ ਵੈਕਸੀਨ ਇਸ ਅਵੇਲੇਬਲ ਉਪਲਬਧਨ ਕੋਵੈਕਸੀਨ ਤੇ ਕੋਵੀ ਸ਼ੀਲਡ ਇਹ ਜਿਹੜੀ ਇੱਥੇ ਬਣੇ ਦੀ ਵੈਕਸੀਨ ਹੈ ਤੇ ਕੰਪਨੀਆਂ ਵੀ ਜਿਹੜੀ ਆਪਣੀ ਆਜ਼ਮਾਇਸ਼ਾਂ ਕੀਤੀਆਂ ਨਾ ਤਾਂ ਉਹਦੇ ਚ ਵੀ ਦੇਖਿਆ ਗਿਆ ਜੇ ਇਹਦਾ ਅਸਰ ਜਿਹੜਾ ਹੈ ਉਹ 60% ਦੀ ਥਮਾ ਮਤਾ ਹੈ ਤੇ ਜੇਕਰ ਅਸ ਜੰਮੂ ਕਸ਼ਮੀਰ ਦੀ ਗੱਲ ਕਰਚਾ ਤਾਂ ਸਾਡੀ ਯੂਟੀ ਚ ਅਜੇ ਤੱਕ 15 ਤੋਂ 16 ਲੱਖ ਤੱਕ ਲੋਕਾਂ ਨੇ ਅਜੇ ਇਹ ਵੈਕਸੀਨ ਲਗਵਾਇਆ ਹੈ। ਹਾਂ, ਸੋਸ਼ਲ ਮੀਡੀਆ 'ਚ ਬੜੀ ਜਿਹੜੀ ਇਹਦੀ ਗਲਤ ਧਾਰਨਾ ਜਾਂ ਮਿਥਕਨ ਇਹਦੇ 'ਚ ਆਇਆ ਹੈ ਜੇ ਇਹ ਸਾਈਡ ਇਫੈਕਟ ਨੇ। ਅਜੇ ਤੱਕ ਸਾਡੇ ਜਿਹੜੇ ਵੀ ਇੱਥੇ ਵੈਕਸੀਨ ਲੱਗਣ ਕੋਈ ਸਾਈਡ ਇਫੈਕਟ ਹੁੰਦੇ 'ਚ ਨਹੀਂ ਪਾਇਆ ਗਿਆ। ਛੇੜਾ ਜਿਹੜੇ ਆਮ ਅਰ ਕਿਸੇ ਵੈਕਸੀਨ ਦੇ ਕਰਨੇ ਜੁੜੇਦਾ ਹੁੰਦਾ ਹੈ, ਕਿਸੇ ਕੀ ਬੁਖਾਰ ਆਉਣਾ, ਪੂਰੇ ਸਰੀਰ 'ਚ ਪੀੜ ਜਾਂ ਲੋਕਲ ਸਾਈਡ ਜਿੱਥੇ ਟੀਕਾ ਲੱਗਦਾ ਹੈ ਉੱਥੇ ਦਰਦ ਹੋਣਾ। ਐਸੇ ਕੇ ਸਾਈਡ ਇਫੈਕਟ ਅਸੀਂ ਅਰ ਮਰੀਜ਼ 'ਚ ਦੇਖਣ ਜਿਹੜੇ ਕੋਈ ਵੱਡੇ ਅਸੇ ਕੋਈ ਮਾੜੀ ਅਸਰ ਅਸੇ ਨਹੀਂ ਦਿਖੇ ਤੇ ਆ ਦੂਈ ਗੱਲ ਲੋਕਾਂ 'ਚ ਇਹ ਵੀ ਸ਼ੰਕਾ ਹੀ ਜੇ ਕਿਛ ਲੋਕ ਵੈਕਸੀਨੇਸ਼ਨ ਦੇ ਬਾਅਦ ਯਾਨੀ ਵੈਕਸੀਨ ਟਿਕਾ ਕਰਨ ਪਰੇੰਤ ਪੋਜ਼ਿਟਿਵ ਹੋ ਗਏ ਇਹਦੇ 'ਚ ਕੰਪਨੀਆਂ ਥਾਵਾਂਗੇ ਇਹਦਾ ਇਤਨ ਜੇ ਉਹਦੇ ਚ ਜਿਗਰ ਕੁਸੇ ਕੀਤੀ ਗੱਲ ਲੱਗਦਾ ਹੈ ਉਹਦੇ ਪਰੈਂਤ ਉਹਦੇ ਅੰਦਰ ਸੰਕਰਮਣ ਹੋ ਹੀ ਸਕਦਾ ਹੈ ਤੇ ਉਹ ਪੋਜ਼ਿਟਿਵ ਹੋ ਹੀ ਸਕਦਾ ਹੈ ਪਰ ਜਿਹੜੀ ਬਿਮਾਰੀ ਦੀ ਗੰਭੀਰਤਾ ਹੈ ਯਾਨੀ ਬਿਮਾਰੀ ਦੀ ਸ਼ਿੱਦਤ ਜੜੀ ਹੈ ਉਹਨੇ ਮਰੀਜ਼ੇ ਚ ਉਨੀ ਨਹੀਂ ਹੋਗ ਯਾਨੀ ਕਿ ਉਹ ਪੋਜ਼ਿਟਿਵ ਹੋ ਹੀ ਸਕਦੇ ਹਨ ਪਰ ਜੜੀ ਬਿਮਾਰੀ ਹੈ ਉਹ ਇੱਕ ਜਾਨਲੇਵਾ ਬਿਮਾਰੀ ਉਹਦੇ ਅੰਦਰ ਸਾਬਤ ਨਹੀਂ ਹੋ ਸਕਦੀ ਇਸ ਕਰੀਏ ਜੜੀ ਵੀ ਇਹ ਗਲਤ ਧਾਰਨਨ ਵੈਕਸੀਨ ਦੇ ਬਾਰੇ ਚ ਉਹ ਅਸੀਂ ਦੀ ਦਿਮਾਗ ਥਮਕ ਕੱਢਣੀਆਂ ਚਾਹੀਦੀਆਂ ਤੇ ਜਿਹਦੀ ਜਿਹਦੀ ਵਾਰੀ ਆਈ ਕੀ ਜੇ ਪਹਿਲੀ ਮਈ ਤੋਂ ਸਾਡੇ ਪੂਰੇ ਮੁਲਕ ਚ ਜਿਹੜੇ ਵੀ 18 ਬਣੇ ਥਾ ਮਤੀ ਉਮਰੀ ਦੇਣ ਉਹਨੇ ਦੀ ਵੈਕਸੀਨ ਲਾਣੇ ਦਾ ਕਾਰਜਕ੍ਰਮ ਸ਼ੁਰੂ ਹੋਗ ਤੇ ਲੋਕਾਂ ਕੀ ਅਪੀਲ ਇਹ ਕਰਕੇ ਜੇ ਤ ਤੁਸੀਂ ਆਓ ਵੈਕਸੀਨ ਲਗਵਾਓ ਤੇ ਆਪਣੇ ਆਪੇ ਕੀ ਸੁਰੱਖਿਤ ਕਰੋ ਤੇ ਪੂਰੇ ਸਾਡੇ ਸਮਾਏ ਤੇ ਸਾਡੇ ਸਮੁਦਾਏ ਇਹਦੇ ਸਾ ਸੁਰੱਖਿਤ ਹੋ ਜਾਗ ਕੋਵਿਡ 19 ਦੇ ਸੰਕਰਮਣ ਥਾ ਡਾਕਟਰ 라ਵੀਦ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੇ ਕੀ ਰਮਜ਼ਾਨ ਦੇ ਪਵਿੱਤਰ ਮਹੀਨੇ ਦੀਆਂ ਮਤਿਆਂ ਮਤਿਆਂ ਸ਼ੁਭ ਕਾਮਨਾ ਬੜਾ ਬੜਾ ਸ਼ੁਕਰੀਆ ਸਾਥੀਓ कोरोना ਦੇ ਸੰਕਟ ਕਾਲ ਚ ਵੈਕਸੀਨ ਦੀ ਅਹਿਮੀਅਤ ਸਭਨੇ ਕੀ ਪਤਾ ਚਲਾ ਕਰਦੀ ਹੈ ਇਸ ਕਰੀਏ ਮੇਰੀ ਗੁਜ਼ਾਰਿਸ਼ ਹੈ ਜੇ ਵੈਕਸੀਨ ਕੀ ਲਈਏ ਕੁਸਾ ਵੀ ਅਫਵਾਚ ਨਹੀ ਆਓ ਤੁਸੇ ਸਭਨੇ ਕੀ ਪਤਾ ਵੀ ਹੋਗ ਜੇ ਪਾਰ ਸਰਕਾਰ ਦੀ ਤਰਫਾ ਸਭਨੇ ਰਾਜ ਸਰਕਾਰਾਂ ਗੀ ਮੁਫਤ ਵੈਕਸੀਨ ਭੇਜੀ ਗਈ ਹੈ ਜਿਹਦਾ ਲਾ 45 ਬਰੇ ਦੀ ਉਮਰੀ ਦੇ ਉਪਰ ਦੇ ਲੋਕ ਲੈ ਸਕਦੇ ਨੇ ਉਨਤੇ ਪਹਿਲੀ ਮਈ ਥਵਾ ਮੁਲਖ ਚ 18 ਬਰੇ ਥਵਾ ਮਤੀ ਉਮਰੀ ਦੇ ਹਰ ਮਨੁਸ਼ੀ ਲਈ ਵੈਕਸੀਨ ਉਪਲਬਧ ਹੋਣ ਵਾਲੀ ਹੈ ਉਂ ਦੇ ਸਦਾ ਕਾਰਪੋਰੇਟ ਸੈਕਟਰ ਕੰਪਨੀਆਂ ਵੀ ਆਪਣੇ ਕਰਮਚਾਰੀਆਂ ਦੀ ਵੈਕਸੀਨ ਲਗਵਾਉਣ ਦੇ ਅਭਿਆਨ ਚ ਇਸੇਦਾਰੀ ਨਿਭਾਈ ਸਕਣ ਮੈਂ ਇਹ ਵੀ ਆਖਣਾ ਹੈ ਜੇ ਪਾਰ ਸਰਕਾਰ ਦੀ ਤਰਫਾ ਮੁਫਤ ਵੈਕਸੀਨ ਦਾ ਜਿਹੜਾ ਕਾਰਜਕ੍ਰਮ ਅਜੇ ਚਲਾ ਕਰਦਾ ਹੈ ਉਹ ਅੱਗੇ ਵੀ ਚਲਦਾ ਰਹੇ ਮੇਰੀ ਰਾਜਿਆਂ ਕੀ ਵੀ ਗੁਜ਼ਾਰਿਸ਼ ਹੈ ਜਿਉ ਪਾਰ ਸਰਕਾਰ ਦੇ ਇਸ ਮੁਫਤ ਵੈਕਸੀਨ ਅਭਿਆਨ ਦਾ ਲਾ ਆਪਣੇ ਰਾਜ ਦੇ ਮਤੇ ਮਤੇ ਲੋਕਾਂ ਤੱਕ ਪਹੁੰਚਾਣ ਸਾਥੀਓ ਆ ਸਭ ਇਹ ਜਾਣਨੇ ਆ ਜੇ ਬਿਮਾਰੀ ਚ ਸਾੜੇ ਹਸਤੇ ਆਪਣੀ ਆਪਣੇ ਪਰਿਵਾਰ ਦੀ ਦੇਖਭਾਲ ਕਰਨਾ ਮਾਨਸਿਕ ਤੌਰ ਪਰ ਕਿੰਨਾ ਔਖਾ ਹੁੰਦਾ ਹੈ ਪਰ ਸਾਡੇ ਹਸਪਤਾਲੇ ਦੇ ਨਰਸਿੰਗ ਅਮਲੇ ਕੀਤੇ ਇਹ ਕੰਮ ਲਗਾਤਾਰ ਕਿੰਨੇ ਕੇ ਮਰੀਜ਼ਾਂ ਅਸਤੇ ਕੰਨੂ ਕੰਨੀ ਕਰਨਾ ਹੁੰਦਾ ਹੈ ਇਹ ਸੇਵਾ ਭਾਵਨਾ ਸਾਡੇ ਸਮਾਜ ਦੀ ਬੜੀ ਵੱਡੀ ਤਾਕਤ ਹੈ ਨਰਸਿੰਗ ਅਮਲੇਆਂ ਸਾ ਕੀਤੇ ਜਾਰ ਦੀ ਸੇਵਾ ਤੇ ਮਿਹਨਤ ਦੇ ਬਾਰੇ ਚ ਸਪਨੇ ਸਾ ਖਰੇ ਤਰੀਕੇ ਕੰਨਾ ਹੈ ਤੇ ਕੋਈ ਨਰਸ ਕਹ ਦਸੀ ਸਕਦੀ ਹੈ ਇਸ ਕਰਿਆ ਮੈਂ ਰਾਏਪੁਰ ਦੇ ਡਾਕਟਰ ਬੀ ਆਰ ਅੰਬੇਦਕਰ ਮੈਡੀਕਲ ਕਾਲਜ ਹਸਪਤਾਲ ਚ ਆਪਣੀ ਸੇਵਾ ਦਿਆ ਕਰਦੀਏ ਸਿਸਟਰ ਭਾਵਨਾ ਦਰੁਵ ਜੀ ਹੋ ਰੇਗੀ ਮਨ ਕੀ ਬਾਤ ਸਾਦਾ ਦਤਾ ਹੈ ਉਹ ਨੇਕਾ ਕਰੋਨਾ ਮਰੀਜ਼ਾਂ ਦੀ ਦੇਖਭਾਲ ਕਰਾ ਕਰਦੀਆਂ ਨਾ ਆਓ ਉਹਦੇ ਕੰਨੇ ਗੱਲ ਕਰਨੇ ਆ ਨਮਸਕਾਰ ਭਾਵਨਾ ਜੀ ਆਦਰਯੋਗ ਪ੍ਰਧਾਨ ਮੰਤਰੀ ਜੀ ਨਮਸਕਾਰ ਭਾਵਨਾ ਜੀ ਜੀ ਸਰ ਮਨ ਕੀ ਬਾਤ ਸੁਣਿਆਲੇਗੀ ਤੂੰ ਜ਼ਰੂਰ ਇਹ ਦੱਸੋ ਜੇ ਤੁਂਦੇ ਪਰਿਵਾਰ ਚ ਇੰਨੀ ਸਾਰੇ ਜ਼ਿੰਮੇਵਾਰੀਆਂ ਇੰਨੇ ਸਾਰੇ ਯਾਨੀ ਮਲਟੀ ਟਾਸਕ ਤੇ ਉਹਦੇ ਬਾਅਦ ਵੀ ਤੁਸੀਂ ਕਰੋਨਾ ਦੇ ਮਰੀਜ਼ਾਂ ਦੇ ਕੰਨੇ ਕੰਮ ਕਰਾ ਕਰਦੀਆਂ ਹੋ ਕਰੋਨਾ ਦੇ ਮਰੀਜ਼ਾਂ ਦੇ ਕੰਨੇ ਤੁੰਦਾ ਜਿਹੜਾ ਤਜਰਬਾ ਰਿਹਾ ਉਹ ਪੱਕਾ ਦੇਸ਼ਵਾਸੀ ਸੁਣਨਾ ਚਾਹੁੰਦੇ ਆ ਕੀ ਜੀ ਸਿਸਟਰ ਜਿਹੜੀ ਹੁੰਦੀ ਹੈ ਨਰਸਾ ਜਿਹੜੀਆਂ ਹੁੰਦੀਆਂ ਨਾ ਮਰੀਜ਼ ਦੇ ਸਭਨੇਸ਼ਾ ਨੇੜੇ ਹੁੰਦੀਆਂ ਨਾ ਤੇ ਸਭਨੇਸ਼ਾ ਲੰਮੇ ਸਮੇਂ ਤੱਕ ਰਹੁੰਦੀਆਂ ਨਾ ਤਾਂ ਉਹ ਆਰ ਚੀਜ਼ ਕੀ ਬੜੀ ਬਰੀਕੀ ਕਨ ਸਮਝੀ ਸਕਦੀਆਂ ਜੀ ਦੱਸੋ ਜੀ ਸਰ ਮੇਰਾ ਕੁੱਲ ਤਜਰਬਾ ਕੋਵਿਡ ਚ ਸਰ 2 ਮਹੀਨੇ ਦਾ ਹੈ ਸਰ 14 ਦਿਨ ਡਿਊਟੀ ਕਰਨਿਆ ਤੇ 14 ਦਿਨਾਂ ਪ੍ਰੰਤ ਅਸੇਂਗੀ ਆਰਾਮ ਦਿੱਤਾ ਜਾਂਦਾ ਹੈ ਫੀ 2 ਮਹੀਨੇ ਪ੍ਰੰਤ ਸਾਰੀ ਕੋਵਿਡ ਡਿਊਟੀਆਂ ਪਰਤੀਆਂ ਲੱਗਦੀਆਂ ਸਰ ਜਿਸ ਲੈ ਸਭਨੇਸ਼ਾ ਪਹਿਲੇ ਮੇਰੀ ਕੋਵਿ ਡਿਊਟੀ ਲੱਗੀ ਤਾਂ ਸਭਨੇਸ਼ਾ ਪਹਿਲੇ ਮੈਂ ਆਪਣੇ ਪਰਿਵਾਰ ਦੇ ਸਦਸਿਆਂ ਕੰਨਾ ਏ ਕੋਵਿ ਡਿਊਟੀ ਦੀ ਗੱਲ ਸਾਂਝੀ ਕੀਤੀ ਇਹ ਮਈ ਦੀ ਗੱਲ ਹੈ ਤੇ ਮੈਂ ਏ ਜੀਆਂ ਗੈ ਗੱਲ ਸਾਂਝੀ ਕੀਤੀ ਸਭ ਦੇ ਸਭ ਡਰੀ ਗਏ ਕਾਪਰੀ ਗੇ ਮੇਹੀ ਅੱਖਾਂ ਲਗੇ ਜੇ ਪੁੱਤਰ ਠੀਕ ਚੱਲੀ ਕੰਮ ਕਰਿਆ ਇੱਕ ਭਾਵਨਾਤਮਕ ਸਥਿਤੀ ਹੀ ਸਰ ਬੀਟੀ ਜਿਸਲੇ ਮੇਰੀ ਧੀ ਨੇ ਮੇਰੇ ਸਾਹ ਪੁੱਛਿਆ ਮੰਮੀ ਤੁਸੀਂ ਕੋਵਿ ਡਿਊਟੀ ਲਈ ਜਾ ਕਰ ਦਿਓ ਤਾ ਉਸ ਬਲੇ ਬੜਾ ਕੇ ਮਤਾ ਮੇਰੀ ਰਹੀ ਭਾਵਨਾਤਮਕ ਪਲਹਾ ਪਰ ਜਿਸਲੇ ਮੈਂ ਕੋਵਿਡ ਮਰੀਜ਼ ਦੇ ਨੇੜੇ ਗਈ ਤਾਂ ਮੈਂ ਇੱਕ ਜ਼ਿੰਮੇਦਾਰੀ ਘਰੇ ਚ ਛੋੜੀ ਗਈ ਤੇ ਜਿਸਲੇ ਮੈਂ ਕੋਵਿਡ ਮਰੀਜ਼ ਕਰਨਾ ਮਿਲੀ ਸਰ ਤਾਂ ਉਹ ਹੁੰਦੇ ਥਮਾ ਹੋਰ ਮਤੇ ਕਾਬਰੇ ਦੇ ਕੋਵਿਡ ਦੇ ਨਾ ਕਰਨ ਸਭੇ ਮਰੀਜ਼ ਇੰਨਾ ਡਰੇਦੇ ਹੈ ਸਰ ਜੇ ਉਹਨੇ ਹੀ ਸਮਝ ਕੇ ਨਹੀਂ ਆਵਾ ਕਰਤਾ ਹ ਜੇ ਉੰਦੇ ਕਰਨਾ ਉਹ ਹਕੀ ਕਰਤਾ ਹੈ ਅਸ ਅੱਗੇ ਕੀ ਕਰਕੇ ਅਸੂੰ ਦੇ ਡਰ ਕੀ ਦੂਰ ਕਰਨੇ ਆਸਤੇ ਉੰਦੇ ਕੰਨੇ ਬੜੇ ਖਰੇ ਤਰੀਕੇ ਕੰਨੇ ਸਵਸਥ ਵਾਤਾਵਰਨ ਦਿੱਤਾ ਸਰ ਨੂੰਗੀ ਅਸੀਂ ਜੀ ਜਿਸ ਲਈ ਇਹ ਕੋਵਿਡ ਡਿਊਟੀ ਕਰਨ ਲਈ ਆਖਿਆ ਗਿਆ ਤਾਂ ਸਰ ਸਭਨੇ ਸਭ ਪਹਿਲਾ ਅਸੀਂ ਕੀ ਪੀਪੀ ਕਿਟ ਪਾਣੇ ਲਈ ਆਖਿਆ ਗਿਆ ਸਰ ਜਿਹੜਾ ਕਿ ਬੜਾ ਗੇ ਓਖਾ ਹੈ ਪੀਪੀ ਕਿਟ ਕੀ ਪਾਈਏ ਡਿਊਟੀ ਕਰਨਾ ਸਰ ਇਹ ਬੜਾ ਮੁਸ਼ਕਲ ਆ ਸਾਡੇ ਆਸਤੇ ਮੈਂ ਦੋ ਮਹੀਨੇ ਦੀ ਡਿਊਟੀ ਚ ਹਰ ਜਗਾ 14 14 ਦਿਨ ਡਿਊਟੀ ਕੀਤੀ ਵਾਰਡ ਚ ਆਈ ਸੀ ਯੂ ਚ ਆਈਸੋਲੇਸ਼ਨ ਚ ਸਰ ਯਾਨੀ ਕੁਲ ਮਲਾਈ ਹੈ ਤੇ ਤੁਸੀਂ ਇੱਕ ਬਰੇ ਥਮਾ ਇਸੇ ਕੰਮ ਕੀ ਕਰਾ ਕਰਦੀਆਂ ਹੋ ਜੀ ਸਰ ਉਥੇ ਜਾਣੇ ਥਮਾ ਪਹਿਲੇ ਮੈਨੂੰ ਨਹੀਂ ਪਤਾ ਹਾ ਜੇ ਮੇਰੇ ਸਾਥੀ ਗੁਨ ਅਸੇ ਇੱਕ ਟੀਮ ਮੈਂਬਰ ਆਲੇ ਲੇਖਾ ਕੰਮ ਕੀਤਾ ਸਰ ਉਹਦੀ ਜਿਹੜੀ ਵੀ ਸਮੱਸਿਆ ਹੀ ਉਹਨੇ ਕੀ ਸਾਂਝਾ ਕੀਤਾ ਅਸੇ ਜਾਣਿਆ ਮਰੀਜ਼ ਦੇ ਬਾਰੇ ਤੇ ਉਹਦੇ ਪਰ ਲੱਗਿਆਦਾ ਏ ਸਟਿਗਮਾ ਦੂਰ ਕੀਤਾ ਸਰ ਕਿ ਲੋਗ ਐਸੇ ਹੀ ਸਰ ਜਿਹੜੇ ਕੋਵਿਡ ਦੇ ਨਾਲ ਥਮਾ ਕੇ ਡਰਦੇ ਹੈ ਉਹ ਸਭੇ ਲੱਛਣ ਹੁੰਦੇ ਚ ਆਉਂਦੇ ਹੈ ਜਿਸ ਲੈ ਅਸ ਇਸਟਰੀ ਲੈਂਦੇ ਹੈ ਉਹਦੇ ਥਮਾ ਪਰ ਉਹ ਡਰ ਦੇ ਕਾਰਨ ਉਹ ਆਪਣਾ ਟੈਸਟ ਨਹੀਂ ਕਰਵਾਈ ਪਾਉਂਦੇ ਹੈ ਤਾਂ ਉਸ ਨੂੰ ਹੀ ਸਮਝਾਉਂਦੇ ਹੈ ਤੇ ਸਰ ਜਿਸਲੇ ਗੰਭੀਰਤਾ ਵਧੀ ਜਾਂਦੀ ਹੀ ਜਿਸਲੇ ਉਹਦੇ ਫੇਫੜੇ ਪਹਿਲੇ ਥਮਾ ਗਏ ਸੰਕਰਮਿਤ ਹੋ ਹੀ ਚੁਕੇ ਦੇ ਹੁੰਦੇ ਹੈ ਉਸਲੇ ਉਹਨੇ ਕੀ ਆਈਸੀਯੂ ਦੀ ਲੋੜ ਹੁੰਦੀ ਹੀ ਉਸਲੇ ਉਹ ਆਉਂਦੇ ਹੈ ਤਕਨਾਂ ਉਹਦਾ ਪੂਰਾ ਪਰਿਵਾਰ ਆਉਂਦਾ ਹਾ ਤਾਂ ਐਸੇ ਇੱਕ ਦੋ ਮਾਮਲੇ ਅਸੀਂ ਦਿਖੇ ਸਰ ਤੇ ਐਸਾ ਵੀ ਨਹੀਂ ਹੈ ਜੇ ਹਰ ਇੱਕ ਆਯੂ ਵਰਗ ਦੇ ਕੰਨੇ ਕੰਮ ਕੀਤਾ ਸਰ ਅਸੀਂ ਜਿੰਦੇ ਚ ਲੋਕ ਕੇ ਬੱਚੇ ਹੈ ਮਹਿਲਾ ਮਰਦ ਬਜ਼ੁਰਗ ਸਭਨੇ ਚਾਲੀ ਦਾ ਮਰੀਜ਼ ਹੈ ਸਰ ਉਹਦੇ ਸਭਨੇ ਕਹਿੰਨ ਐਸਾ ਗੱਲ ਕੀਤੀ ਤਾਂ ਸਭਨੇ ਆਖਿਆ ਜੇ ਅਸ ਡਰ ਦੀ ਵਜ੍ਹਾ ਕਰੀ ਨਹੀਂ ਆਈ ਸਕੇ ਸਭਨੇ ਦਾ ਇਹ ਐਸੇਂ ਕੀ ਜਵਾਬ ਮਿਲਿਆ ਸਰ ਤਾਂ ਅਸੇ ਉਹਨੇ ਕੀ ਸਮਝਾਇਆ ਸਰ ਜੇ ਡਰ ਕਿਛ ਨਹੀਂ ਹੁੰਦਾ ਤੂੰ ਸਾਡਾ ਸਾਥ ਦਿਓ ਅਸ ਤੁੰ ਦਾ ਸਾਥ ਦੇਗੇ ਬਸ ਤੁਸੀਂ ਜਿਹੜੇ ਵੀ ਪ੍ਰੋਟੋਕਾਲਸ ਨਾ ਉਹਨਾਂ ਦਾ ਪਾਲਨ ਕਰੋ ਬਸ ਅਸ ਇੰਨਾ ਉਹਨਦੇ ਲਈ ਕਰੀ ਸਕੇ ਸਰ ਭਾਵਨਾ ਜੀ ਮੇਗੀ ਬੜਾ ਖਾਰਾ ਲੱਗਾ ਤੁੰਦੇ ਕਨੇ ਗੱਲ ਕਰੀ ਹੈ ਤੁਸੀਂ ਬੜੀ ਖਰੀ ਜਾਣਕਾਰੀਆਂ ਦਿੱਤੀਆਂ ਨੇ ਤੁਸੀਂ ਆਪਣੇ ਤਜਰਬੇ ਕੰਨ ਦਿੱਤੀਆਂ ਨੇ ਤਾਂ ਪੱਕ ਕੇ ਦੇਸ਼ ਵਾਸੀਆਂ ਦੀ ਇਹਦੇ ਕੰਨਾ ਇੱਕ ਸਕਾਰਾਤਮਕਤਾ ਦਾਸ ਨੇ ਆ ਜਾ ਤੁੰਦਾ ਮਤਮਤਾ ਧੰਨਵਾਦ ਭਾਵਨਾ ਜੀ ਤੁੰਦਾ ਮਤਮਤਾ ਧੰਨਵਾਦ ਸਰ ਮਤਮਤਾ ਧੰਨਵਾਦ ਜੈ ਹਿੰਦ ਸਰ ਜੈ ਹਿੰਦ ਭਾਵਨਾ ਜੀ ਤੇ ਨਰਸਿੰਗ ਅਮਲੇ ਦੇ ਤੁੰਦੇ ਜਨੇ ਹਜ਼ਾਰਾਂ ਲੱਖਾ ਫਰਾ ਭੈਣ ਬਖੂਬੀ ਆਪਣੀ ਜ਼ਿੰਮੇਵਾਰੀ ਨਿਭਾ ਕਰਦੇ ਨੇ ਇਹ ਸਾਡੇ ਸਭ ਨੇ ਲਈ ਬੜੀ ਵੱਡੀ ਪ੍ਰੇਰਨਾ ਹੈ ਤੁਸੀਂ ਆਪਣੀ ਸਿਹਤ ਪਰ ਵੀ ਬੜਾ ਧਿਆਨ ਦਿਓ अपने परिवार का भी ध्यान रखो साथियों सेले बेंगलुरु सिस्टर सुरेखा जी भी जुड़ी दियां सुरेखा जी के सी जनरल अस्पताल सीनियर नर्सिंग अफसर आओ उनके तजर्बे भी जानने नमस्ते सुरेखा जी सर मिगी अपने मुल्क प्रधानमंत्री हों गए बड़ा गर्व सम्मान मसूस होता है सुरेखा जी तुम अपनी साथी नर्सें दे अस्पताल दे अमले मिलिए बड़ा शानदार कम करा कर भारत तुं सभ शुक्रगुजार है कोविड उन्नीस खिलाफ इस लड़ाई च बसनीक तुका के संदेश है जी सर एक जिम्मेदार शहरी होने के नाते में वाकई यह आखना चाहगी ज मेहरबानी करिए अपने गुआंडियों विनम्र रवो तौले टेस्ट करने ते उचित तरीके शूबे आसलें का पता लाने असें मृत्यु दर की घट करने मदद थोड़ी इतोंबान करिए ਜੇਕਰ ਤੁਸੇਂਗੀ ਆਪਣੇ ਅੰਦਰ ਕੋਈ ਲੱਛਣ ਨਜ਼ਰੀ ਆਉਂਦਿਨ ਤਾਂ ਆਪਣੇ ਆਪੇਗੀ ਨਵੇਕਲਾ ਕਰੀ ਲਾਓ ਤੇ ਨੇੜੇ ਦੇ ਡਾਕਟਰ ਥਵਾ ਸਲਾਹ ਲਾਓ ਤੇ ਜਿੰਨਾ ਤੋਲੇ ਮੁਮਕੀਨ ਹੋਏ ਇਲਾਜ ਕਰਵਾਓ ਇਸ ਕਰੀ ਸਮੁਦਾਇ ਕੀ ਇਸ ਬਿਮਾਰੀ ਬਾਰੇ ਜਾਗਰੂਕ ਹੋਨੇ ਦੀ ਲੋੜ ਹੈ ਤੇ ਸਕਾਰਾਤਮਕ ਰਵੋ ਕਾਬਰੋ ਨਹੀਂ ਤੇ ਮਤਤਨਾ ਨਹੀਂ ਲਾਓ ਇਹ ਮਰੀਜ਼ ਦੀ ਹਾਲਤ ਕੀ ਔਰ ਵਿਗਾੜੀ ਦਿੰਦੀ ਹੈ ਅਸ ਆਪਣੀ ਸਰਕਾਰ ਤੇ ਸ਼ੁਕਰਗੁਜ਼ਾਰ ਆ ਤੇ ਅਸੇਂਗੀ ਗਰਵ ਹੈ ਜੇ ਸਾਡੇ ਕੋਲ ਵੈਕਸੀਨ ਵੀ ਹੈ ते मैं पहले पहेंगे टीका लगवाई लैते अपने तजुर्बे के भारत के बसनीकें यह आखना चाहनी वैक्सीन फौरन सौ फीसद सुरक्षा नहीं दी है इम्यूनिटी बनने समा तो लगता है मेहरबानी करिए वैक्सीन लगवाने डरो नहीं करिए वैक्सीन लगवाओ ए बड़े मामूली जने साइड इफैक्ट होते हैं संदेश देना चाहनी अंदर रवो तंदरुस्त रवो कसरी लोगों के संपर्क आने बचो ते बिना वजह अपने नक् अखी मूँह की हत नहीं लाओ मेहरबान करिए छिंडा बनाओ उचित तरीके करने मास्क पाओ बार बार हे धो रवो घरें कीते जाने आले घरेलू उपचार करो मेहरबानी करिए आयुर्वेदिक काड़ा पिओ भाफ लाओ ते हर रोज गरारे करो तो सैने सबंधी कसरत भी करीते हो खीरें च एक होी मेहरबानी करिए फ्रंट लाइन ते पेशेवर लोगों दे प्रति हमदर्दी रखो असेंगी साथ ते सहयोग दी लड़ है अस किठे मिलिए लड़ाई लड़गे अस इस महामारी जीत हासिल करके स्नेह है सर। सुरेखा जी धन्यवाद सर। सुरेखा जी वाकई तुसने तो बड़े कठिन समय मोर्चा सा साम्भे है तुस अपना ध्यान रखो तुंदे परिवार की भी मे मतिया मतिया शुभकामनाएं ਮੈਂ ਦੇਸ਼ ਦੇ ਲੋਕਾਂ ਕੀ ਵੀ ਗੁਜ਼ਾਰਿਸ਼ ਕਰਗਾ ਜੀ ਜੀਆਂ ਭਾਵਨਾ ਜੀ ਸੁਰੇਖਾ ਜੀ ਹੋਰ ਨੇ ਆਪਣੇ ਤਜਰਬੇ ਕੰਨਾ ਦੱਸਿਆ ਹੈ ਕਰੋਨਾ ਕਾਲ ਨਾਲ ਲੜਨ ਦੇ ਵਾਸਤੇ ਸਕਾਰਾਤਮਕ ਭਾਵਨਾ ਬੜੀ ਮਤੀ ਜ਼ਰੂਰੀ ਹੈ ਤੇ ਸਿਵਾਸੀਆਂ ਕੀ ਇਸੇ ਬਣਾਈ ਰੱਖਣਾ ਹੈ ਸਾਥੀਓ ਡਾਕਟਰ ਨੇ ਤੇ ਨਰਸਿੰਗ ਅਮਲੇ ਦੇ ਕੰਨੋ ਕੰਨੀ ਇਸ ਬਿਲੈ ਲੈਬ ਟੈਕਨੀਸ਼ੀਅਨਸ ਤੇ ਐਂਬੂਲੈਂਸ ਡਰਾਈਵਰ ਜਿਹੜੇ ਫਰੰਟ ਲਾਈਨ ਵਰਕਰ ਵੀ ਭਗਵਾਨ ਨਾਲ ਲੇਖਾ ਕੇ ਕੰਮ ਕਰਾ ਕਰਦੇ ਨੇ ਜਿਸ ਲੈ ਕੋਈ ਐਂਬੂਲੈਂਸ ਕੋਸੇ ਮਰੀਜ਼ ਤੱਕਰ ਪੁੱਛਦੀ ਹੈ ਤਾਂ ਉਹਨੇ ਕੀ ਐਂਬੂਲੈਂਸ ਡਰਾਈਵਰ ਦੇਵਦੂਤ ਜਿਨਿਆਂ ਦਾ ਲੱਗਦਾ ਹੈ ਇਹਨੇ ਸਭਨੇ ਦੀਆਂ ਸੇਵਾਵਾਂ ਦੇ ਬਾਰੇ ਚ ਇਹਦੇ ਤਜਰਬੇ ਦੇ ਬਾਰੇ ਚ ਮੁਲਖਾ ਦੀ ਪੱਕ ਕਾ ਜਾਨਣਾ ਚਾਹੀਦਾ ਮੇਰੇ ਕਨ ਇਹ ਲੈ ਐਸੇ ਕੇ ਇੱਕ ਸੱਜਣ ਨ ਸ਼੍ਰੀਮਾਨ ਪ੍ਰੇਮ ਵਰਮਾ ਜੀ ਜਿਹੜੇ ਇੱਕ ਐਂਬੂਲੈਂਸ ਡਰਾਈਵਰ ਨ ਜੀਆਂ ਜੇ ਇਹਦੇ ਨਾਂ ਕਰਨੇ ਦਾ ਪਤਾ ਲੱਗਦਾ ਹੈ ਪ੍ਰੇਮ ਵਰਮਾ ਜੀ ਆਪਣੇ ਕੰਮ ਦੀ ਆਪਣੀ ਜ਼ਿੰਮੇਵਾਰੀ ਦੀ ਪੂਰੇ ਪ੍ਰੇਮ ਤੇ ਲਗਨ ਕਰਨ ਕਰਦੇ ਨ ਆਓ ਉਹਦੇ ਕਨ ਗੱਲਬਾਤ ਕਰਨੇ ਆ ਨਮਸਤੇ ਪ੍ਰੇਮ ਜੀ ਨਮਸਤੇ ਸਰ ਜੀ ਪ੍ਰਾ ਪ੍ਰੇਮ हां जी सर तुਸ ਆਪਣੇ ਕੰਮ ਦੇ ਬਾਰੇ ਚ ਹਾਂਜੀ ਜਰਾ ਤਫਸੀਲ ਕਰਨਾ ਦਸੋ ਤੁੰਦਾ ਜਿਹੜਾ ਤਜਰਬਾ ਹੈ ਉਹ ਵੀ ਦਸੋ ਮੈਂ ਸੀਏਟੀਐਸ ਐਮਬੂਲੈਂਸ ਚ ਡਰਾਈਵਰ ਦੇ ਹਉਦੇ ਪਰਾਂ ਤੇ ਜੀਆਂ ਗਿਆ ਕੰਟਰੋਲ ਅਸੇਂਗੀ ਇੱਕ ਟੈਬ ਉੱਪਰ ਕਾਲ ਦਿੰਦਾ 102 ਥਮਾ ਜਿਹੜੀ ਕਾਲ ਆਂਦੀ ਹੈ ਅਸ ਚਲੀ ਪਾਉਨੇ ਆ ਮਰੀਜ਼ ਦੇ ਕੋਲ ਅਸ ਮਰੀਜ਼ ਕਾ ਜੰਨੇ ਆ ਉਹਦੇ ਕੋਲ ਤਾਂ ਦਉ ਬਰੇ ਥਮਾ ਅਸ ਲਗਾਤਾਰ ਕਰਾ ਕਰਨੇ ਆ ਇਹ ਕੰਮ ਆਪਣਾ ਕਿੱਟ ਪਾਈਏ ਆਪਣੇ ਦਸਤਾਨੇ ਮਾਸਕ ਪਾਈਏ ਮਰੀਜ਼ ਕੀ ਜਿੱਥੇ ਉਹ ਪੁਜਾਣੇ ਦੇ ਯਾਖ ਦਿਨ ਜਿਹੜੇ ਵੀ ਹਸਪਤਾਲ ਚ ਆਸਤਾਵਲੇ ਸ਼ਾ ਤਾਉਲੇ ਉਹਨੇ ਕੀ ਪੁਜਾਈ ਦਿੰਨੀ ਆ ਤੁਸੀਂ ਕੀਤੇ ਵੈਕਸੀਨ ਦੀਆਂ ਦੋਨਾਂ ਖੁਰਾਕਾਂ ਲੱਗੀ ਗਈਆਂ ਹੋਗਾ ਬਿਲਕੁਲ ਸਰ ਤਾਂ ਦੂਵੇ ਲੋਕਾਂ ਕੀ ਵੈਕਸੀਨ ਲਗਵਾਚਾ ਇਹਦੇ ਲਈ ਤੂੰ ਦਾ ਕਿਸ ਨੇ ਆ ਸਰ ਬਿਲਕੁਲ ਸਭ ਨੇ ਕੀ ਇਹ ਵੈਕਸੀਨ ਲਗਵਾਉਣਾ ਚਾਹੀਦਾ ਤੇ ਖਰਾ ਗਿਆ ਪਰਵਾਹ ਰਸਤੇ ਵੀ ਉਨਮੇ ਕੀ ਮੇਰੀ ਮਾਤਾ ਆਖਦੀਆਂ ਇਹ ਨੌਕਰੀ ਛੋੜੀ ਦੇ ਮੈਂ ਬੋਲਿਆ ਮਾਤਾ ਜੀਕਰ ਮੈਂ ਵੀ ਨੌਕਰੀ ਛੋੜੀਏ ਬਈ ਜਾਗਾ ਤਾਂ ਸਭ ਨੇ ਤੇ ਮਰੀਜ਼ੇਂ ਕੀ ਕਈਆਂ ਕੁੰਣ ਛੋੜਨ ਜਾਗ ਕੀ ਜੇ ਸੱਬੈ ਇਸ ਕੋਰੋਨਾ ਕਾਲ ਚ ਸੱਬੈ ਨਸਾ ਕਰ ਦੇਨ ਸੱਬੈ ਨੌਕਰੀ ਛੋੜੀ ਛੋੜੀਏ ਜਾ ਕਰ ਦੇਨ ਮਾਤਾ ਵੀ ਮਿਗੀ ਆਖਦੀਆਂ ਜੇ ਪੁੱਤਰ ਉਹ ਨੌਕਰੀ ਛੋੜੀ ਦੇ ਮੈਂ ਬੋਲਿਆ ਨਹੀਂ ਮਾਤਾ ਮੈਂ ਨੌਕਰੀ ਨਹੀਂ ਛੋੜਗਾ ਪ੍ਰੇਮ ਜੀ ਮਾਤਾਵਰੇ ਕੀ ਦੁਖੀ ਨਹੀਂ ਕਰਨਾ ਮਾਤਾਵਰੇ ਕੀ ਸਮਝਾਣਾ ਹਾਂਜੀ ਪਰ ਇਹ ਜਿਹੜੀ ਤੁਸੇ ਮਾਤਾਵਾਂ ਦੇ ਵਾਲੀ ਗੱਲ ਦੱਸੀ ਹੈ ਨਾ ਹਾਂਜੀ ਇਹ ਬੜੀ ਕਛੂਨੇ ਵਾਲੀ ਹੈ ਹਾਂਜੀ ਤੁੰਦੀ ਮਾਤਾ ਜੀ ਹੋ ਰਹਿਗੀ ਵੀ ਹਾਂਜੀ ਮੇਰਾ ਪ੍ਰਣਾਮ ਆਖਿਓ ਬਿਲਕੁਲ ਹਾਂ ਹਾਂਜੀ ਤੇ ਪ੍ਰੇਮ ਜੀ ਮੈਂ ਤੁੰਦੇ ਰਾਹੇ ਹਾਂਜੀ ਇਹ ਐਂਬੂਲੈਂਸ ਚਲਾਣੇ ਵਾਲੇ ਸਾਡੇ ਡਰਾਈਵਰ ਵੀ ਹਾਂਜੀ ਕਿੰਨਾ ਵੱਡਾ ਜੋਖਮ ਲਈਏ ਕੰਮ ਕਰਾ ਕਰਦੇ ਨੇ ਹਾਂਜੀ ਤੇ ਹਰ ਇੱਕ ਦੀ ਮਾਂ ਕੀ ਸੋਚਦੀ ਹੈ ਬਿਲਕੁਲ ਸਰ ਇਹ ਗਾਲਿ ਜਿਸਨੂੰ ਸੁਣਤਾ ਤਕਰ ਪੁੱਜਗ ਹਾਂਜੀ ਮੈਂ ਜ਼ਰੂਰ ਮੰਨਣਾ ਜੇ ਉਹਦੇ ਵੀ ਦਿਲ ਕੀ ਛੂਹ ਜਾਵੇ ਹਾਂਜੀ ਪ੍ਰੇਮ ਜੀ ਮਤਾ ਮਤਾ ਧੰਨਵਾਦ ਤੁਸੀਂ ਇੱਕ ਚਾਲੀ ਕੰਨ ਹੈ ਪ੍ਰੇਮ ਦੀ ਗੰਗਾ ਵਗਾ ਕਰਦੇ ਹੋ ਧੰਨਵਾਦ ਸਰ ਜੀ ਧੰਨਵਾਦ ਭਰਾ ਧੰਨਵਾਦ ਸਾਥੀਓ ਪ੍ਰੇਮ ਵਰਮਾ ਜੀ ਤੇ ਇੰਦੇਜ ਨੇ ਅਧਾਰਾ ਲੋਕ ਅੱਜ ਆਪਣਾ ਜੀਵਨ ਦਾਅ ਪਰ ਲਾਈ ਹੈ ਲੋਕਾਂ ਦੀ ਸੇਵਾ ਕਰਾ ਕਰਦੇ ਨੇ कोरोना ਦੇ ਖਿਲਾਫ ਇਸ ਲੜਾਈ ਚ ਜਿੰਨੇ ਵੀ ਜੀਵਨ ਬਚਾ ਕਰਦੇ ਨੇ ਉਹਦੇ ਚ ਐਂਬੂਲੈਂਸ ਡਰਾਈਵਰਾਂ ਦਾ ਵੀ ਬੜਾ ਵੱਡਾ ਯੋਗਦਾਨ ਹੈ। ਪ੍ਰੇਮ ਜੀ ਤੁਸੀਂ ਕੀ ਤੇ ਮੁਲਕ ਪਰ ਅੱਜ ਤੁੰਦੇ ਜੀ ਨੇ ਸਭਨੇ ਸਾਥੀ ਗਈ ਮੈਂ ਮਤਾ ਮਤਾ ਸਾਧੂ ਬਾਦਨਾ। ਤੁਸੀਂ ਬੇਲੇ ਸਿਰ ਪੁੱਛਦੇ ਰਹੋ ਜੀਵਨ ਬਚਾਉਂਦੇ ਰਹੋ। ਮੇਰੇ ਪਿਆਰੇ ਦੇਸ਼ਵਾਸੀਓ ਇਹ ਸਹੀ ਹੈ ਜੇ ਕੋਰੋਨਾ ਕਰਨਾ ਬੜੇ ਲੋਕ ਸੰਕਰਮਿਤ ਹੋਆ ਕਰਦੇ ਨੇ ਪਰ ਕੋਰੋਨਾ ਤੋਂਵਾ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਉੰਨੀ ਕੇ ਵੱਧ ਹੈ। ਗੁਰੂਗ੍ਰਾਮ ਦੀ ਪ੍ਰੀਤੀ ਚਤੁਰਵੇਦੀ ਜੀ ਉਹ ਰੇ ਵੀ ਆਲਥੀਏ ਕਰੋਨਾ ਕੀ ਆ ਰਾਇਆ ਹੈ ਪ੍ਰੀਤੀ ਜੀ ਮਨ ਕੀ ਬਾਤ ਸਾਡੇ ਕਨਾਂ ਜੋੜਾ ਕਰਦੀਆਂ ਨੇ ਉਹਦੇ ਤਜਰਬੇ ਸਾਡੇ ਸਭਨੇ ਦੇ ਬੜੇ ਕਾਮ ਆਉਣਗੇ ਪ੍ਰੀਤੀ ਜੀ ਨਮਸਤੇ ਨਮਸਤੇ ਸਰ ਕੀ ਹਾਲ ਹੈ ਤੁੰਦਾ ਮੈਂ ਠੀਕ ਹਾਂ ਜੀ ਸਭਨੇ ਸ਼ਾ ਪਹਿਲਾ ਤੇ ਮੈਂ ਤੁੰਦੀ ਕੋਵਿਡ 19 ਖਿਲਾਫ ਜੀ ਕਾਮਯਾਬੀ ਕਰਨੇ ਲੜਨੇ ਕੀ ਤੈ ਜੀ ਸਰਾਨਾ ਕਰਗਾ ਤੁੰਦਾ ਮਤਾ ਮਤਾ ਧੰਨਵਾਦ ਸਹਿ ਮੇਰੀ ਕਾਮਨਾ ਹੈ ਤੁੰਦੀ ਸੇਤ ਹੋਰ ਤੇਜ਼ੀ ਕਰਨੇ ਬਿਹਤਰ ਹੋਏ ਜੀ ਸ਼ੁਕਰੀਆ ਸਰ ਪ੍ਰੀਤੀ ਜੀ ਹਾਂਜੀ ਸਰ ਇਹ ਛੜਾ ਤੁੰਦੇ ਪੂਰੀ ਲਹਿਰ ਚ ਤੁੰਦਾ ਕਾ ਨੰਬਰ ਲੱਗਾ ਹੈ ਜਾਂ ਪਰਿਵਾਰ ਦੇ ਹੋਰ ਸਦਸੇ ਵੀ ਇਹਦੇ ਚ ਫਸੇ ਗਏ ਨੇ ਨਹੀਂ ਨਹੀਂ ਸਰ ਮੈਂ ਇਕਲੀ ਗਈ ਹੋਈ ਹੀ ਚਲੋ ਭਗਵਾਨ ਦੀ ਕਿਰਪਾ ਰਹੀ ਅੱਛਾ ਮੈਂ ਚਾਹੰਗ ਹਾਂਜੀ ਸਰ ਜੇ ਤੁਸੀਂ ਆਪਣੀ ਇਸਪੀਡ ਦੀ ਅਵਸਥਾ ਦੇ ਕਿਸ ਤਜਰਬੇ ਜੇਕਰ ਸਾਂਝੇ ਕਰੋ ਤਾਂ ਸ਼ਾਇਦ ਜਿਹੜੇ ਸ਼ਰੋਤਾਨ ਉਹਨੇ ਕੀ ਵੀ ਐਸੇ ਸਮੇਂ ਕਿੰਨਾ ਆਪਣੇ ਆਪ ਦੀ ਸਾਵਨਾ ਚਾਹੀਦਾ ਇਹਦਾ ਮਾਰਗਦਰਸ਼ਨ ਮਿਲੋਗੇ ਜੀ ਸਰ ਜ਼ਰੂਰ ਸਰ ਸ਼ੁਰੂਆਤੀ ਚਰਨ ਚ ਮੀਗੀ ਬੜੀ ਮਤੀ ਲਥਰਜੀ ਮਤਲਬ ਬੜੀ ਸੁਸਤੀ ਸੁਸਤੀ ਆਈ ਤੇ ਉਹਦੇ ਪਰੰਤ ਨਾ ਮੇਰੇ ਗਲੇ ਚ ਬਿੰਦ ਹਰੀ ਖਰਾਸ਼ ਹੋਣ ਲੱਗੀ ਤਾਂ ਉਹਦੇ ਪਰੰਤ ਨਾ ਮੇਰੇ ਥੋੜਾ ਜਿਹਾ ਮੀਗੀ ਲਗਾ ਜੇ ਲਕਸ਼ਣ ਨਾ ਮੈਂ ਜਾਂਚਣੇ ਆਸਤੇ ਟੈਸਟ ਕਰਵਾਇਆ ਦੂਵੇ ਦਿਨ ਰਿਪੋਰਟ ਆਉਂਦੇ ਗਏ ਜੀਆਂ ਮੈਂ ਪੋਜ਼ਿਟਿਵ ਹੋਈ ਮੈਂ ਆਪਣੇ ਆਪ ਹੈ ਕਿ ਕੁਆਰੰਟਾਈਨ ਕਰੀ ਲਾਤਾ ਇੱਕ ਕਮਰੇ ਚ ਆਈਸੋਲੇਟ ਕਰੀਏ ਡਾਕਟਰ ਨੇ ਥਮਾ ਮੈਂ ਸਲਾ ਲਾਤੀ ਉੰਦੀ ਦਵਾਈ ਸ਼ੁਰੂ ਕਰੀ ਦਿੱਤੀ ਤਤੋਂ ਦਾ ਪਰਿਵਾਰ ਬਚੀ ਗਿਆ ਤੁੰਦੀ ਤੁਰਤ ਕਾਰਵਾਈ ਦੇ ਕਾਰਨ ਜੀ ਸਰ ਉਹ ਬਾਕੀ ਸਭ ਨੇ ਦਾ ਵੀ ਮਗਰਾ ਕਰਵਾਇਆ ਹਾ ਬਾਕੀ ਸਭੇ ਨੈਗੇਟਿਵ ਹੈ ਮੈਂ ਇਹ ਪੋਜ਼ਿਟਿਵ ਹੀ ਉਹਦੇ ਸ਼ਾ ਪਹਿਲੇ ਮੈਂ ਆਪਣੇ ਆਪੇ ਕੀ ਆਈਸੋਲੇਟ ਕਰੀ ਲਤਾ ਹਾ ਇੱਕ ਕਮਰੇ ਦੇ ਅੰਦਰ ਆਪਣੀ ਜ਼ਰੂਰਤ ਦਾ ਸਾਰਾ ਸਮਿਆਂਨ ਰੱਖੀਏ ਉਸ ਕੀ ਮੈਂ ਆਪਣੇ ਆਪ ਅੰਦਰ ਕਮਰੇ ਚ ਬੰਦ ਹੋਈ ਗਈ ਹੀ ਤੇ ਉਹਦੇ ਕੰਨੇ-ਕੰਨੇ ਮੈਂ ਫੀ ਡਾਕਟਰ ਦੇ ਕੰਨੇ ਦਵਾਈ ਸ਼ੁਰੂ ਕਰੀ ਦਿੱਤੀ ਸਰ ਮੈਂ ਦਵਾਈ ਦੇ ਕੰਨੇ-ਕੰਨੇ ਨਾ ਮੈਂ ਯੋਗ आयुर्वेदिक ਤੇ ਮੈਂ ਇਹ ਸਭ ਸ਼ੁਰੂ ਕੀਤਾ ਤੇ ਕੰਨੇਗੇ ਮੈਂ ਕਾੜਾ ਵੀ ਲੈਣਾ ਸ਼ੁਰੂ ਕਰੀ ਦਿੱਤਾ ਹਾ ਇਮਿਊਨਿਟੀ ਵਧਾਣੇ ਆਸਤੇ ਤੇ ਸਰ ਮੈਂ ਦਿਨ ਚ ਮਤਲਬ ਜਿਸ ਲੈ ਵੀ ਆਪਣੀ ਰੋਟੀ ਖੰਦੀ ਹੀ ਉਹਦੇ ਚ ਮੈਂ ਸਤਦਾਰ ਖੁਰਾਕ ਜਿਹੜੀ ਜੇ ਪ੍ਰੋਟੀਨ ਯੁਕਤ ਖੁਰਾਕ ਹੀ ਉਹ ਲੈਤੀ ਮੈਂ ਮੈਂ ਮਤੇ ਸਾਰੇ ਤਰਲ ਪਦਾਰਥ ਲਾਤੇ ਮੈਂ ਪਾਪ ਲਾਤੀ ਗਰਾਰੇ ਕੀਤੇ ਤੇ ਗਰਮ ਪਾਣੀ ਲੈਂਤਾ ਮੈਂ ਦਿਨ ਪਰ ਇਹ ਜੇ ਇਹਨੇ ਸਭ ਨੇ ਚੀਜ਼ਾਂ ਕੀਏ ਆਪਣੇ ਜੀਵਨ ਚ ਲੈਂਦੀ ਆਈ ਹਰ ਰੋਜ਼ ਤੇ ਸਰ ਇਨੇ ਦਿਨੇ ਚ ਨਾ ਸਭ ਨੇ ਸ਼ਾ ਵੱਡੀ ਗੱਲ ਮੈਂ ਬੋਲਣਾ ਚਾਹੀ ਘਬਰਾਣਾ ਤੇ ਬਿਲਕੁਲ ਨਹੀਂ ਹੈ ਬੜਾ ਦਿਮਾਗੀ ਮਜ਼ਬੂਤ ਹੋਣਾ ਹੈ ਜਿਹਦੇ ਲਈ ਮੇਗੀ ਯੋਗ ਨੇ ਬੜੀ ਮਤੀ ਸਾਹ ਸਰਬੰਦੀ ਕਸਰਤ ਕਰਦੀ ਹੀ ਖਰਾ ਲੱਗਦਾ ਹਾ ਉਸਗੀ ਕਰਨੇ ਕਰਨੇ ਮੇਗੀ ਹਾਂ ਅੱਛਾ ਪ੍ਰੀਤੀ ਜੀ ਜਿਸ ਲਈ ਉਹ ਤੁੰਦੀ ਪ੍ਰਕਿਰਿਆ ਪੂਰੀ ਹੋਈ ਗਈ ਤੂੰ ਸੰਕਟ ਥਾਂ ਬਾਹਰ ਨਿਕਲੀ ਆਈ ਆ ਹਾਂਜੀ ਉਹ ਤੁੰਦਾ ਟੈਸਟ ਵੀ ਨੈਗੇਟਿਵ ਆਈ ਗਿਆ ਹਾਂਜੀ ਸਰ ਤਾਂ ਫਿਰ ਤੂੰ ਆਪਣੀ ਸਿਹਤ ਹਸਤਾ ਹੈ ਇਹਦੀ ਦਿਖਪਾਲ ਹਸਤਾ ਹੈ ਅਜੇ ਕੀ ਕਰਾ ਕਰਦੀਆਂ ਹੋ ਸਰ ਮੈਂ ਇੱਕ ਤੇ ਯੋਗ ਬੰਦ ਨਹੀਂ ਕੀਤਾ ਹੈ। ਹਾਂ ਠੀਕ ਹੈ ਮੈਂ ਕਾੜਾ ਅਜੇ ਵੀ ਲੈ ਕਰਨੀ ਆ ਤੇ ਆਪਣੀ ਇਮਿਊਨਿਟੀ ਤਗੜੀ ਰੱਖਣੇ ਆਸਤੇ ਮੈਂ ਸ਼ੈਲ ਸਤਦਾਰ ਖੁਰਾਕ ਲੈ ਕਰਨੀ ਆ ਅਜੇ। ਹਾਂ ਜਿਹੜਾ ਜੇ ਮੈਂ ਬੜੀ ਆਪਣੇ ਆਪ ਕੀ ਅੰਧਿਖਾ ਕਰੀ ਲੈਂਦੀ ਹੀ ਉਸ ਪਰ ਬੜਾ ਧਿਆਨ ਦਿਆ ਕਰਨੀ ਆ ਮੈਂ। ਧੰਨਵਾਦ ਪ੍ਰੀਤੀ ਜੀ। ਤੁੰਦਾ ਮਤਾ ਮਤਾ ਧੰਨਵਾਦ ਸਰ। ਤੁਸੀਂ ਜਿਹੜੀ ਜਾਣਕਾਰੀ ਦਿੱਤੀ ਮੈਨੂੰ ਲੱਗਦਾ ਹੈ ਇਹ ਬੜੇ ਸਾਰੇ ਲੋਕਾਂ ਦੇ ਕੰਮ ਆਊਗਾ। ਤੁਸੀਂ ਸਿਹਤਮੰਦ ਰਹੋ। ਤੁੰਦੇ ਪਰਿਵਾਰ ਦੇ ਲੋਕ ਸਿਹਤ ਮੰਦ ਰਾਉਣ ਮੇਰੀ ਤੁਸੇ ਕੀ ਮਤੀਆਂ ਮਤੀਆਂ ਸ਼ੁਭ ਕਾਮਨਾ ਮੇਰੇ ਪਿਆਰੇ ਦੇਸ਼ ਵਾਸੀਓ ਜਿਹਾ ਅੱਜ ਸਾਡੇ ਮੈਡੀਕਲ ਖੇਤਰ ਦੇ ਲੋਕ ਫਰੰਟ ਲਾਈਨ ਵਰਕਰ ਦਿਨ ਰਾਤ ਸੇਵਾ ਕਮੈਚ ਲਗੇ ਦਿਨ ਉਆਂ ਦੇ ਸਮਾਜ ਦੇ ਉਹ ਲੋਕ ਵੀ ਇਸ ਬਿਲੇ ਪਿਛੈ ਨਹੀਂ ਆ ਨਾ ਮੁਲਕ ਇੱਕ ਵਾਰੀ ਫੀ ਇੱਕ ਜੁਟੋਈ ਹੈ ਕਰੋਨਾ ਦੇ ਖਿਲਾਫ ਲੜਾਈ ਲੜਾ ਕਰਦਾ ਹੈ ਇਨੇ ਦਿਨਾਂ ਮੈਂ ਦੇਖਾ ਕਰਨਾ ਜੇ ਕੋਈ ਕੁਆਰੰਟਾਈਨ ਚਰਾਵਾ ਕਰਦੇ ਪਰਿਵਾਰਾਂ ਲਈ ਦਵਾਈ ਪੁਜਾ ਕਰਦਾ ਹੈ ਕੁਈ ਸਬਜ਼ੀਆਂ ਦੁੱਧ ਫਲ ਵਗੈਰਾ ਪੁਜਾ ਕਰਦਾ ਹੈ ਕੋਈ ਐਂਬੂਲੈਂਸ ਦੀ ਮੁਫਤ ਸੇਵਾ ਮਰੀਜ਼ਾਂ ਕੀ ਦਿਆ ਕਰਦਾ ਹੈ ਮੁਲਖੇ ਦੇ ਬਖ ਬਖ ਕੋਨੇ ਚ ਇਸ ਚੁਣੌਤੀਪੂਰਨ ਸਮੇਂ ਚ ਵੀ ਸਵੈਮ ਸੇਵੀ ਸੰਗਠਨ ਅੱਗੇ ਆਈ ਹੈ ਦੁਮੇ ਦੀ ਮਦਦ ਆਸਤਾ ਜੋ ਵੀ ਕਰੀ ਸਕਦੇ ਨੇ ਉਹ ਕਰਨੇ ਦੀ ਕੋਸ਼ਿਸ਼ ਕਰਾ ਕਰਦੇ ਨੇ ਇਸ ਵਾਰੀ ਗਰਾਹੇ ਚ ਵੀ ਨਵੀਂ ਜਾਗਰੂਕਤਾ ਦਿਖੀ ਜਾ ਕਰਦੀ ਹੈ ਕੋਵਿਡ ਨਿਯਮੇ ਦਾ ਸਖਤੀ ਕਲਾ ਪਾਲਣ ਕਰਦੀ ਹੋਈ ਲੋਕ ਆਪਣੇ ਗਰਾਹ ਦੀ ਕਰੋਨਾ ਸਵਾਂ ਇਫਾਜ਼ਤ ਕਰਾ ਕਰਦੇ ਨੇ ਜਿਹੜੇ ਲੋਕ ਬਾਰathom ਆਵਾ ਕਰਦੇ ਨੇ ਉਹਦੇ ਲਈ ਸਹੀ ਬਵਸਥਾ ਵੀ ਬਣਾਈਆਂ ਜਾ ਕਰਦੀਆਂ ਨੇ ਸ਼ਹਿਰਚ ਵੀ ਕਈ ਨੌਜਵਾਨ ਸਾਹਮਣੇ ਆਏ ਨੇ ਜਿਹੜੇ ਆਪਣੇ ਇਲਾਕੇ ਚ ਕਰੋਨਾ ਦੇ ਮਾਮਲੇ ਨਹੀਂ ਵਧਣ ਇਹਦੇ ਹਾਸਤ ਹੈ ਮਕਾਮੀ ਲੋਕ ਕੇਤੇ ਕੰਨੇ ਮਿਲ ਗਿਆ ਜਤਨ ਕਰਾ ਕਰਦੇ ਨੇ ਯਾਨੀ ਇੱਕ ਬੱਖੀ ਮੁਲਕ ਦਿਨ ਰਾਤ ਹਸਪਤਾਲਾਂ ਵੈਂਟੀਲੇਟਰਾਂ ਤੇ ਦਵਾਈਆਂ ਲਈ ਕੰਮ ਕਰਾ ਕਰਦਾ ਤਾਂ ਦੂਈ ਬੱਖੀ ਦੇਸ਼ ਵਾਸੀ ਵੀ ਜੀ ਜਾਨ ਕਨੇ ਕਰੋਨਾ ਦੀ ਚੁਣੌਤੀ ਦਾ ਮੁਕਾਬਲਾ ਕਰਾ ਕਰਦੇ ਨੇ ਇਹ ਭਾਵਨਾ ਅਸੀਂ ਕਿੰਨੀ ਤਾਕਤ ਦਿੰਦੀ ਹੈ ਕਿੰਨਾ ਵਿਸ਼ਵਾਸ ਦਿੰਦੀ ਹੈ ਇਹ ਜਿਹੜੇ ਵੀ ਜਤਨ ਉਹ ਕਰਦੇ ਹਨ ਸਮਾਜ ਦੀ ਬੜੀ ਵੱਡੀ ਸੇਵਾ ਹੈ ਇਸ ਸਮਾਜ ਦੀ ਸ਼ਕਤੀ ਵਧਾਉਂਦੇ ਹਨ ਮੇਰੇ ਪਿਆਰੇ ਦੇਸ਼ ਵਾਸੀਓ ਅੱਜ ਮਨਕੀ ਬਾਤ ਦੀ ਪੂਰੀ ਚਰਚਾ ਕੀਤੀ ਅਸੀਂ ਕਰੋਨਾ ਮਹਾਮਾਰੀ ਪਰ ਗੱਲ ਰੱਖਿਆ ਕੀਜੀਏ ਅੱਜ ਸਾਡੀ ਸਭਨੇ ਸਾ ਵੱਡੀ ਪ੍ਰਾਥਮਿਕਤਾ ਹੈ ਇਸ ਬਿਮਾਰੀ ਕੀ ਅਰਾਣਾ ਅੱਜ ਭਗਵਾਨ ਮਹਾਵੀਰ ਜਨਮ ਦਿਵਸ ਹੈ ਇਸ ਮੌਕੇ ਪਰ ਮੈਂ ਸਭਨੇ ਦੇਸ਼ ਵਾਸੀਆਂ ਕੀ ਸ਼ੁਭ ਕਾਮਨਾ ਦਿੰਦਾ भगवान महावीरੋਂ ਦੇ ਸੰਦੇਸ਼ ਅਸੀਂ ਕੀ ਤਪੱਸਿਆ ਤੇ ਆਪਣੇ ਉੱਪਰ ਸਬਰ ਦੀ ਪ੍ਰੇਰਣਾ ਦਿੰਦੇ ਨੇ ਇਹ ਲੈ ਰਮਜ਼ਾਨ ਦਾ ਪਵਿੱਤਰ ਮਹੀਨਾ ਵੀ ਚਲਾ ਕਰਦਾ ਹੈ ਅਗਿਆ ਬੁੱਧ ਪੂਰणिमा ਵੀ ਹੈ ਗੁਰੂ ਤੇਗ ਬਹਾਦਰ ਜੀ ਹੁੰਦਾ 400ਵਾਂ ਪ੍ਰਕਾਸ਼ ਪਰਵ ਵੀ ਹੈ ਇੱਕ ਮਹੱਤਵਪੂਰਨ ਦਿਨ 25 ਬoiਸ਼ਾਖ ਟੈਗੋਰ ਜਨਮ ਦਿਦਾ ਹੈ ਇਹ ਸਭ ਐਸੇ ਕੀ ਪ੍ਰੇਰਣਾ ਦਿੰਦੇ ਨੇ ਆਪਣੀ ਜ਼ਿੰਮੇਵਾਰੀ ਦੀ ਨਿਭਾਣੇ ਦੀ ਇੱਕ ਬਸਨੀਕ ਦੇ ਤੌਰ ਪਰ ਅਸ ਆਪਣੇ ਜੀਵਨ ਚ ਜਿੰਨੀ ਕੁਸ਼ਲਤਾ ਕਰਨਾ ਹੈ ਆਪਣੀ ਜ਼ਿੰਮੇਵਾਰੀਆਂ ਦੀ ਨਿਭਾਗੇ ਸੰਕਟਾਂ ਤੋਂ ਮੁਕਤ ਹੋਈ ਹੈ ਭਵਿੱਖ ਦੀ ਬੱਤਾ ਪਰ ਉਨੀ ਗੇ ਤੇਜ਼ੀ ਕਰਨਾ ਹੈ ਅੱਗੇ ਵਧ ਗਏ ਇਸੇ ਕਾਮਨਾ ਦੇ ਕੰਨਾ ਮੈਂ ਤੁਸੇ ਸਭਨੇ ਕੀ ਇੱਕ ਵਾਰੀ ਠੀਕ ਗੁਜ਼ਾਰਿਸ਼ ਕਰਨਾ ਇਹ ਵੈਕਸੀਨ ਅਸੇ ਸਭਨੇ ਕੀ ਲਗਵਾਣੀ ਹੈ ਤੇ ਪੂਰੀ ਸਾਵਧਾਨੀ ਵੀ ਰੱਖਣੀ ਹੈ ਦਵਾਈ ਵੀ ਕੜਾਈ ਵੀ ਇਸ ਮੰਤਰ ਕੀ ਕਦੇ ਵੀ ਨਹੀਂ ਭੁੱਲਣਾ ਅਸ ਤੌਲੇ ਗ ਕਿੱਥੇ ਮਿਲੀ ਹੈ ਇਸ ਆਪਤਾ ਤੋਂ ਬਾਹਰ ਆਉਗੇ ਇਸ ਸਭ 'ਚ ਵਿਸ਼ਵਾਸ ਦੇ ਕੰਨਾ ਤੂੰ ਦਾ ਸਭਨੇ ਦਾ ਮਤਾ ਮਤਾ ਧੰਨਵਾਦ ਨਮਸਕਾਰ